दोस्तों प्रोग्राम खुंड चर्चा दे विच तुहाडा सारयां दा फिर तो स्वागत है जी। मैं रॉबी बेनीपाल ते मेरे नाल लवनीत संधू जी। लवनीत संधू जी, असीं दोनों प्रोग्राम दे विच राबता फिर तो बना चुके हैं जी। अज जिहड़ी 21 अगस्त 2013 दी इस शाम दे विच आपां तुहाडे नाल तुहाडे सभी दे सारयां दे पसंदीदा कलाकार, साडे भी पसंदीदा कलाकार और मेरे ख्याल दे विच साडे सभ्याचार दे पसंदीदा कलाकार और साहित्यक कलमा दे पसंदीदा कलाकार डेफिनेटली हैगे ने इहो जी। स्टेज दे पसंदीदा कलाकार कलाकार ने जी कमल हीर जी, उन्हां दे नाल आपां ने अज गलबात करनी आ। साडे मेहमान ने जी और साडे लई बड़ी खुशी दी गल आ कि उन्हां नाल आपां अज दिल खोल के गल्लां बातां करांगे। कोशिश करांगे कि जिहड़े तुहाडे सारे सवाल नेगे ओह असीं उन्हां तों पुछ सकीए और असीं इस चीज़ दी पहलां ही माफ़ी मंगदे हां कि अज कॉल्स नहीं असीं लै पावांगे तुहाडियां प्रोग्राम दे विच। कारण उहदा इही आ कि जिहड़ी इंटरव्यू आ ओह बहुत शॉर्ट टाइम दी आ, बाली लंबी नहीं असीं लैके जाणा चाहुंदे अज दे प्रोग्राम दे विच क्योंकि इन्नी दिनी ਵਿਰਸਾ 2013 ਟੂਰ ਚੱਲ ਰਿਹਾ ਗਾ। ਉਸ ਟੂਰ ਦਾ ਜਿਹੜਾ ਪ੍ਰੋਗਰਾਮ ਜਿਹੜਾ ਹੁਣ 24 ਤਰੀਕ ਨੂੰ ਆਉਣ ਵਾਲੀ 24 ਤਰੀਕ ਨੂੰ ਪਰਸੋਂ ਨੂੰ ਸਿਡਨੀ ਦੇ ਵਿੱਚ ਆ ਜਿਹੜਾ ਕਿ ਲਾਈਵ ਰਿਕਾਰਡ ਹੋਣਾ ਔਰ ਸਾਡੇ ਆਸਟ੍ਰੇਲੀਅਨ ਵਾਸੀਆਂ ਦੇ ਲਈ ਇਹ ਬਹੁਤ ਖੁਸ਼ੀ ਦੀ ਗੱਲ ਇਸ ਲਈ ਵੀ ਆ ਕਿ ਲਗਾਤਾਰ ਜਿਹੜਾ ਦੂਸਰਾ ਵਿਰਸਾ ਉਹ ਇੱਥੇ ਰਿਕਾਰਡ ਹੋ ਰਿਹਾ। ਪੰਜਾਬੀ ਵਿਰਸੇ ਦੇ ਨਾਲ ਜੁੜੇ ਹੋਏ ਜਿੰਨੇ ਵੀ ਦਰਸ਼ਕ ਜਾਂ ਸਰੋਤਿਆਂ ਦੇ ਰੂਪ ਦੇ ਵਿੱਚ ਉਸ ਨੂੰ ਸੁਣਦੇ ਨੇ ਜਾਂ ਦੇਖਦੇ ਨੇਗੇ ਦੁਨੀਆਂ ਦੇ ਜਿਸ ਕੋਨੇ ਵਿੱਚ ਵੀ ਸੁਣਦੇ ਨੇਗੇ ਇੱਕ ਮੈਸੇਜ ਉਹ ਜ਼ਰੂਰ ਡਿਲੀਵਰ ਕਰਦਾ ਹੋਊਗਾ ਉਹਨਾਂ ਨੂੰ ਕਿ ਹਾਂ ਇਹ ਆਸਟ੍ਰੇਲੀਆ ਉਹੀ ਆ ਜਿੱਥੇ ਪੰਜਾਬ ਵੱਸਦਾ, ਜਿੱਥੇ ਪੰਜਾਬ ਆ ਜਿਹੜਾ ਉਹ ਵਾਕਈ ਇੱਕ ਜਵਾਨੀ ਦੀ ਅੰਗੜਾਈ ਲੈਂਦਾ ਗਾ ਔਰ ਉਸ ਦੀ ਝਲਕ ਇਹ ਵਾਰਿਸ ਭਰਾ ਆਪਣੇ ਵਿਰਸੇ ਰਾਹੀਂ ਸਾਰੀ ਦੁਨੀਆਂ ਨੂੰ ਦਿਖਾਉਂਦੇ ਆ ਜੀ। ਔਰ ਇੱਕ ਉਪਰਾਲਾ ਔਰ ਖੁਸ਼ੀ ਦੀ ਗੱਲ ਆ ਸਾਡੇ ਸਾਰਿਆਂ ਲਈ। ਆਪਾਂ ਬਾਕੀ ਗੱਲਾਂ ਬਾਤਾਂ ਉਹਨਾਂ ਨਾਲ ਵੀ ਕਰਦੇ ਆ ਜੀ। ਕਮਲ ਹੀਰ ਜੀ ਨੂੰ ਆਪਾਂ ਦੇ ਦਈਏ ਆਵਾਜ਼ ਜੀ। ਜੀ ਬਿਲਕੁਲ ਜੀ, ਤੁਸੀਂ ਦਿਓ ਜੀ, ਤੁਹਾਡੀ ਆਵਾਜ਼ ਮਿੱਠੀ ਹੈ। ਕਮਲ ਹੀਰ ਜੀ ਦਾ ਅਸੀਂ ਨਿੱਘਾ ਸਵਾਗਤ ਕਰਦੇ ਹਾਂ ਜੀ ਖੁਣ ਚਰਚਾ ਪ੍ਰੋਗਰਾਮ ਦੇ ਵਿੱਚ। ਜੀ ਆਇਆਂ ਨੂੰ ਕਮਲ ਹੀਰ ਜੀ ਸਤਿ ਸ੍ਰੀ ਅਕਾਲ ਜੀ। ਮੇਰੀ ਖੁਸ਼ਕਿਸਮਤੀ ਆ ਮੈਂ ਆਪਣੇ ਚਾਹੁਣ ਵਾਲਿਆਂ ਦੇ ਨਾਲ ਚਾਰ ਗੱਲਾਂ ਅੱਜ ਸਾਂਝੀਆਂ ਕਰੂੰਗਾ ਤੇ ਆਪਣੇ ਟੂਰ ਬਾਰੇ ਹੋਰ ਆਪਾਂ ਜਾਣਕਾਰੀ ਉਹਨਾਂ ਨੂੰ ਦੇਵਾਂਗੇ ਤੇ 24 ਤਰੀਕ ਨੂੰ ਜਿਹੜਾ ਅਸੀਂ ਇੱਥੇ ਸਿਡਨੀ ਦੇ ਵਿੱਚ ਵਿਰਸਾ ਕਰਨ ਜਾ ਰਹੇ ਹਾਂ ਅਸੀਂ ਕੰਪਨੀ ਵੱਲੋਂ ਕਰਵਾਇਆ ਜਾ ਰਿਹਾ ਰਿਕਾਰਡਿੰਗ ਵੀ ਉਹਦੀ ਇੱਥੇ ਪੰਜਾਬੀ ਵਿਰਸੇ ਦੀ ਅਸੀਂ ਇਸ ਵਾਰ ਕਿਉਂਕਿ ਸਿਡਨੀ ਦਾ ਹੱਕ ਬਣਦਾ ਸੀ ਇਹ ਵੀ ਤੇ ਇੱਥੇ ਰਿਕਾਰਡ ਕੀਤਾ ਜਾਵੇ। ਪਿਛਲੀ ਵਾਰੀ ਮੈਲਬੋਰਨ ਦਾ ਕੀਤਾ ਸੀਗਾ ਇਸ ਵਾਰ ਅਸੀਂ ਸਿਡਨੀ ਦਾ ਕਰ ਰਹੇ ਹਾਂ ਸੋ ਉਹਦੀ ਮੈਂ ਜਾਣਕਾਰੀ ਹੋਰ ਜਰਾ ਖੋਲ ਕੇ ਦੇਊਂਗਾ ਅੱਜ। ਬਿਲਕੁਲ ਜੀ, ਬਹੁਤ ਚੰਗਾ ਲੱਗ ਰਿਹਾ ਜੀ ਅੱਜ ਦੇ ਪ੍ਰੋਗਰਾਮ ਜੀ ਕਾਫੀ ਮਹਾਰਾਜ। ਹਾਂਜੀ ਕਮਲ ਜੀ, ਲਵਨੀਤ ਜੀ ਸਾਡੇ ਨਾਲ ਰਾਬਤਾ ਬਣਾਇਆ ਹੋਇਆ ਲਵਨੀਤ ਜੀ ਨੇ ਤੇ ਮੈਂ ਰੋਬੀ ਮੈਨੀਪਾਲ ਔਰ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਅਸੀਂ ਜਿਹੜੀਆਂ ਸਾਰੀਆਂ ਗੱਲਾਂ ਡਿਟੇਲ ਦੇ ਵਿੱਚ ਕਰ ਸਕੀਏ ਪਰ ਬਹੁਤ ਸ਼ੋਰਟ ਟਾਈਮ ਦੇ ਵਿੱਚ ਅਸੀਂ ਕਾਫੀ ਕੁਛ ਪੁੱਛਣ ਦੀ ਜਿਹੜੀ ਕੋਸ਼ਿਸ਼ ਵੀ ਕਰਾਂਗੇ। ਜ਼ਿੰਦਗੀ ਦਾ ਜਿਹੜਾ ਮੁੱਢਲਾ ਜਿਹੜਾ ਸ਼ੁਰੂਆਤੀ ਦਿਨ ਨੇ ਉਹ ਬਹੁਤ ਸਾਰੀਆਂ ਇੰਟਰਵਿਊਜ਼ ਤੁਸੀਂ ਆਲਰੇਡੀ ਹੁਣ ਤੱਕ ਕਰ ਚੁੱਕੇ ਹੋ, ਤੁਹਾਡੇ ਪ੍ਰਸ਼ੰਸਕ ਨੇ ਜਿਹੜੇ ਤੁਹਾਨੂੰ ਵਾਚ ਕਰਦੇ ਨੇ, ਦੇਖਦੇ ਨੇ, ਸੁਣਦੇ ਨੇਗੇ, ਉਹਨਾਂ ਨੂੰ ਹਰ ਚੀਜ਼ ਦਾ ਪਤਾ ਗਾ। ਮੈਂ ਉਹਨਾਂ ਚੱਕਰਾਂ ਨੂੰ ਸਕਿੱਪ ਕਰਦਾ ਹੋਇਆ ਜਾਂ ਉਹਨਾਂ ਗੱਲਾਂ ਬਾਤਾਂ ਨੂੰ ਸਕਿੱਪ ਕਰਦਾ ਹੋਇਆ ਅੱਜ ਤੇ ਪ੍ਰੈਜੈਂਟ ਦੇ ਉੱਪਰ ਆ ਕੇ ਜਿਹੜੀ ਗੱਲ ਕਰਨ ਦੀ ਕੋਸ਼ਿਸ਼ ਕਰੂੰਗਾ ਮੈਂ। ਇਸ ਜਿਹੜੇ ਵਿਰਸੇ ਦੀ ਗੱਲ ਕਰਦੇ ਹਾਂ ਜੀ, ਪੰਜਾਬੀ ਵਿਰਸੇ ਦੀ, 2011 ਦੇ ਵਿੱਚ ਮੈਲਬੋਰਨ ਦੇ ਵਿੱਚ ਰਿਕਾਰਡ ਕੀਤਾ, 2013 ਦੇ ਵਿੱਚ ਤੁਸੀਂ ਹੁਣ ਇੱਥੇ ਪਹੁੰਚੇ ਹੋਏ ਹੋ, ਕੀ ਵਖਰੇਵਾਂ ਦੇਖਦੇ ਹੋ ਇਸ ਦੇ ਵਿੱਚ? ਵਖਰੇਵਾਂ ਸਮੇਂ ਦਾ ਜੀ, ਸਮਾਂ ਸਭ ਤੋਂ ਵੱਡਾ ਜਿਹੜਾ ਹੈ ਨਾ ਕਿ ਜਿਹੜੀ ਅਦਲਾ ਬਦਲੀ ਆ, ਸਮਾਂ ਆ ਜਿਹੜਾ ਉਹ ਸਭ ਤੋਂ ਵੱਡਾ ਵੱਖਰਾਪਨ ਸਮਾਂ ਹੀ ਲਿਆਉਂਦਾ ਆ। ਸਮਾਂ ਵੱਖਰਾ ਆ, 2 ਸਾਲ ਹੋ ਗਏ ਆ, ਜਿਹੜੇ ਉਸ ਵੇਲੇ ਯੰਗ ਹੋਣੇ ਆ ਉਹ 2 ਸਾਲਾਂ ਚ ਹੋਰ ਮੈਚੋਰ ਹੋ ਗਏ ਹੋਣੇ ਆ, ਨਵੇਂ ਸੱਜਣ ਕਿੰਨੇ ਇੰਡੀਆ ਤੋਂ ਆ ਗਏ ਹੋਣੇ ਆ, ਆਣੇ ਨਵੇਂ ਹੋਰ ਆ ਜਾਣੇ ਆ ਤੇ ਸਟੇਜ ਬਦਲ ਜਾਣੀ ਆ, ਸ਼ਹਿਰ ਬਦਲ ਜਾਣਾ ਆ ਤੇ ਟਾਈਮ ਜਿਹੜਾ ਸਮਾਂ ਆ ਸਭ ਤੋਂ ਵੱਖਰਾਪਨ ਜਿਹੜਾ ਆ ਉਹ ਸਮਾਂ ਆ ਵੱਖਰਾ ਜੀ। ਬਿਲਕੁਲ, ਔਰ ਦੂਸਰੀ ਗੱਲ ਇਹ ਵੀ ਮੈਂ ਮੇਰੇ ਖਿਆਲ ਦੇ ਵਿੱਚ ਹੋਣੀ ਹੈ ਜੀ, ਜਿਹੜੀ ਅਸੀਂ ਇੱਥੇ ਲੋਕਲ ਰਹਿੰਦੇ ਮਹਿਸੂਸ ਕਰਦੇ ਹਾਂ, ਜਿਹਨੇ ਪਿੱਛੇ ਵਾਲੀ ਟਿਕਟ ਲੈਤੀ ਹੋਣੀ ਆ ਕਿਉਂਕਿ ਉਸ ਟਾਈਮ 'ਚ ਉਹ ਸਟੂਡੈਂਟ ਹੋਣੇ ਆ, ਹੁਣ PR ਹੋ ਚੁੱਕੇ ਹੋਣੇ ਆ, ਹੁਣ ਅੱਗੇ ਵਾਲੀ ਟਿਕਟ 'ਚ ਪਰਿਵਾਰ ਨਾਲ ਬੈਠ ਕੇ ਦੇਖ ਰਿਹਾ ਹੋਣੇ ਆ, ਹੋ ਸਕਦਾ 2 ਦੀ ਥਾਂ 3 ਜਾਣੇ ਦੇਖ ਰਹੇ ਹੋਣ ਜੀ। ਬਿਲਕੁਲ, ਜਿਹੜਾ ਸਮਾਂ ਆ ਨਾ ਰਹੀ ਵਾਸਤੇ ਘੱਟ ਸਮੇਂ ਨੇ, ਇੱਕ ਨਾ ਮੰਨੀ ਫੜ ਫੜ ਰਹੀ ਧਰੀ ਇੱਕ ਸਮੇਂ ਖਿਸਕਾਈ ਕੰਨੀ, ਉਹ ਸਮਾਂ ਆ ਜਿਹੜਾ ਉਹ ਇਹ ਜਿਹੜਾ
ਸਟੈਗਨੇਸ਼ਨ ਤਾਂ ਪਾਣੀ ਚ ਵੀ ਮਾੜੀ ਹੁੰਦੀ ਆ, ਜਿਹੜਾ ਚੱਲਦਾ ਪਾਣੀ ਆ ਉਹੀ ਵਧੀਆ ਆ। ਤੇ ਸਾਡੀ ਖੁਸ਼ਕਿਸਮਤੀ ਆ ਕਿ ਸਾਨੂੰ ਅਸੀਂ ਵੱਡੇ ਭਾਜੀ ਨੇ ਜਿੱਦਾਂ ਅਸੀਂ ਬ੍ਰਿਸਬੇਨ ਸ਼ੋਅ ਕੀਤਾ ਤੇ ਉਹਨਾਂ ਨੇ ਉਸ ਦਿਨ ਗੱਲ ਕੀਤੀ ਆ ਤੇ ਜਦੋਂ ਸ਼ੁਰੂ ਕੀਤਾ ਉਹ ਕਹਿੰਦੇ ਕਿ ਸਾਨੂੰ ਵਿਰਸੇ ਦੇ 10 ਸਾਲ ਹੋ ਗਏ। ਅਸੀਂ 2004 ਦੇ ਵਿੱਚ ਵਿਰਸਾ ਵੰਡਰਲੈਂਡ ਦੇ ਵਿੱਚ ਕੀਤਾ ਸੀ, ਉਹ ਤੋਂ ਪਹਿਲਾਂ ਸ਼ੌਂਕੀ ਮੇਲਾ ਕੀਤਾ ਸੀ 2003 ਦੇ ਵਿੱਚ। ਐਗਜੈਕਟਲੀ ਸਾਨੂੰ 10 ਸਾਲ ਹੋ ਗਏ ਆ ਵਿਰਸਾ ਕਰਦਿਆਂ ਨੂੰ ਤੇ ਵੱਡੇ ਭਾਜੀ ਨੂੰ 20 ਸਾਲ ਹੋ ਗਿਆ ਗਾਉਂਦਿਆਂ ਨੂੰ। ਸੋ ਅਸੀਂ ਇਹਨਾਂ 20 ਸਾਲ ਦੇ ਵਿੱਚ ਬਹੁਤ ਜ਼ਿਆਦਾ ਚੇਂਜਸ ਦੇਖੀਆਂ। ਮੈਂ ਪਹਿਲਾਂ ਕੱਲਾ ਗੀਤ ਲਿਖਦਾ ਸੀ, ਨਾਲ ਮਿਊਜ਼ਿਕ ਤਿਆਰ ਕਰਦਾ ਸੀਗਾ ਸੰਗਤਾਰ ਦੇ, ਫਿਰ ਮੈਂ ਖੁਦ ਗਾਉਣ ਲੱਗਾ, ਫਿਰ ਮੈਂ ਮਸ਼ਹੂਰ ਹੋਇਆ, ਫਿਰ ਅਸੀਂ ਤਿੰਨਾਂ ਨੇ ਪੰਜਾਬੀ ਵਿਰਸਾ ਕਰਨਾ ਸ਼ੁਰੂ ਕੀਤਾ ਜੋ ਅਸੀਂ 2004 ਤੋਂ ਸ਼ੁਰੂ ਕੀਤਾ ਸੀਗਾ। ਤੇ ਕਿੱਥੇ ਦਾ ਕਿੱਥੇ ਸਮਾਂ ਚੱਲ ਗਿਆ ਤੇ ਇਹ ਜਿਹੜਾ ਸਮਾਂ ਆ ਇਹੀ ਵੱਖਰਾ ਪਾਣਿਆ ਔਰ ਇਹੀ ਅਦਲਾ ਬਦਲੀ ਆ। ਇਹਦੇ ਨਾਲ ਹੀ ਜਿਹੜਾ ਹੈਗਾ ਆ ਨਾ ਆਪਣੇ ਨਵੀਨਤਾ ਆਉਂਦੀ ਆ ਹਰ ਇੱਕ ਚੀਜ਼ ਦੇ ਵਿੱਚ ਸਮੇਂ ਨਾਲ। ਬਿਲਕੁਲ, ਮਨਮੋਹਨ ਵਾਰਿਸ, ਵਾਰਿਸ ਨਾਂ ਦਾ ਇੱਕ ਤੁਸੀਂ ਗਰੁੱਪ ਬਣਾਇਆ ਕੈਨੇਡਾ ਦੇ ਵਿੱਚ, ਸ਼ੌਂਕੀ ਮੇਲੇ ਦੀ ਤੁਸੀਂ ਹੁਣ ਸਾਡੇ ਨਾਲ ਗੱਲ ਸਾਂਝੀ ਕੀਤੀ ਆ, ਔਰ ਉਹਨਾਂ ਦਿਨਾਂ ਦੇ ਵਿੱਚ ਤੁਸੀਂ ਉੱਥੇ ਸਟਰਗਲ ਵਾਲੇ ਦਿਨ ਵੀ ਤੁਸੀਂ ਜਿਹੜੇ ਹਮੇਸ਼ਾ ਆਪਣੇ ਸਰੋਤਿਆਂ ਦੇ ਨਾਲ ਦਰਸ਼ਕਾਂ ਦੇ ਨਾਲ ਸਾਂਝੇ ਕਰਦੇ ਹੋ, ਮੰਚ ਤੋਂ ਵੀ ਕਰਦੇ ਹੋ ਔਰ ਤੁਹਾਡੀਆਂ ਵੀਡੀਓਜ਼ ਦੇ ਵਿੱਚ ਵੀ ਸਾਂਝੇ ਕੀਤੇ ਜਾਂਦੇ ਆ। ਹੀਰ ਤੁਹਾਡਾ ਆਪਣਾ ਜਿਹੜਾ ਸਰਨੇਮ ਦੀ ਤੁਸੀਂ ਗੱਲ ਕਰਦੇ ਹੋ, ਸਾਡਾ ਲਾਸਟ ਨੇਮ ਗੋਤ ਸਾਡਾ ਹੀਰ ਆ, ਹਾਂਜੀ ਸਾਰਾ ਹੀ ਸਾਡਾ ਹੀਰ ਹੀ। ਹਾਂਜੀ ਹਾਂਜੀ, ਤੇ ਜਿਹੜੀ ਤੁਹਾਡੀ ਗਾਇਕੀ ਦੀ ਗੱਲ, ਮੈਂ ਗਾਇਕੀ ਵੱਲ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈਗਾ ਕਿ ਮਨਮੋਹਨ ਵਾਰਿਸ ਜਿਹੜਾ ਇੰਟਰੋਡਿਊਸ ਹੋਇਆ, ਹਰਭਜਨ ਮਾਨ ਦੇ ਨਾਲ ਸਮਕਾਲੀ ਦੋਨੋਂ ਗਾਇਕ ਸੀਗੇ ਔਰ ਇਕੱਠੇ ਹੀ ਚੱਲਦੇ ਰਹੇ ਨੇ ਹਰ ਮੰਚ ਦੇ ਉੱਪਰ। ਦੋਨਾਂ ਦੀ ਜਿਹੜੀ ਮੇਰੇ ਉਹ ਦਿਨ ਯਾਦ ਨੇ ਗੇ ਜਦੋਂ ਦੋਨੇ ਉਸੇ ਸ਼ਿੱਦਤ ਦੇ ਨਾਲ ਸੁਣੇ ਜਾਂਦੇ ਸੀਗੇ, ਤੇ ਉਸ ਤੋਂ ਬਾਅਦ ਇਕਦਮ ਐਂਟਰੀ ਹੋਈ ਕਮਲ ਹੀਰ ਦੀ, ਪੂਰੀ ਟੀਮ ਇੱਕ ਜਿਹੜਾ ਇੱਕ ਗਰੁੱਪ ਦੇ ਰੂਪ ਦੇ ਵਿੱਚ ਸਾਹਮਣੇ ਆਏ। ਕਮਲ ਹੀਰ ਇੱਕ ਪਰਦੇ ਦੇ ਪਿੱਛੇ ਇੱਕ ਬਹੁਤ ਵੱਡੀ ਤਿਆਰੀ ਕਰਨ ਲੱਗਿਆ ਹੋਇਆ ਸੀਗਾ ਆਪਣੇ ਆਪ ਨੂੰ ਪੇਸ਼ ਕਰਨ ਦੇ ਵਾਸਤੇ। ਕਮਲ ਹੀਰ ਦੀ ਆਵਾਜ਼ ਦੇ ਵਿੱਚ ਕਿਤੇ ਨਾ ਕਿਤੇ ਉਹ ਸੂਫੀਆਨਾ ਅੰਦਾਜ਼ ਵੀ ਝਲਕਦਾ, ਉਹਨਾਂ ਦੀ ਆਵਾਜ਼ ਦੇ ਵਿੱਚ ਉਹ ਗਰਾਰੀਆਂ ਵੀ ਚਮਕਦੀਆਂ ਗਈਆਂ ਜਿਹੜੀਆਂ ਕਿਸੇ ਸਮੇਂ ਜਦੋਂ ਅਸੀਂ ਨੁਸਰਤ ਫਤਿਹ ਅਲੀ ਖਾਨ ਸਾਹਿਬ ਵਰਗੇ ਕਲਾਕਾਰ ਨੂੰ ਕਿਤੇ ਸੁਣਦੇ ਹਾਂ ਤਾਂ ਉੱਥੋਂ ਦੀ ਕਿਤੇ ਝਲਕ ਪੈਂਦੀ ਆ। ਗੱਲਾਂ ਇਹ ਵੀ ਸੁਣਨ ਨੂੰ ਮਿਲੀਆਂ ਨੇ ਕਿ ਕਮਲ ਹੀਰ ਦਾ ਜਿਹੜਾ ਸਾਥ ਰਿਹਾ ਜਾਂ ਨੁਸਰਤ ਫਤਿਹ ਅਲੀ ਖਾਨ ਦੀ ਜਿਹੜੇ ਸਾਥ ਰਿਹਾ ਉਹ ਇਕੱਠੇ ਕਿਤੇ ਨਾ ਕਿਤੇ ਸੰਗਤ ਦੇ ਵਿੱਚ ਤੁਸੀਂ ਰਹੇ ਹੋ, ਇਹ ਗੱਲ ਚ ਕਿੰਨੀ ਕੁ ਸੱਚਾਈ ਹੈ ਜੀ? ਸੱਚਾਈ ਤਾਂ ਤੁਸੀਂ ਮੈਨੂੰ ਕਟਹਿਰੇ ਵਿੱਚ ਖੜਾ ਕਰ ਦਿੱਤਾ ਜੀ। ਸੱਚਾਈ ਇਹ ਕਿਹੜਾ ਹੈਗਾ ਜੀ ਕਿਤੇ ਮੈਂ ਹੁਣ ਥਾਣੇ ਚ ਬੈਠਾ ਆ ਕਿ ਝੂਠ ਆ ਕਿ ਸੱਚ ਆ ਜੀ। ਅਸੀਂ ਇਹਨਾਂ ਨੂੰ ਬਹੁਤ ਜ਼ਿਆਦਾ ਮੰਨਣ ਵਾਲੇ ਆ ਔਰ ਮੈਂ ਉਹਨਾਂ ਦੇ ਨਾਲ ਸਟੇਜ ਤੇ ਕੈਨੇਡਾ ਦੇ ਵਿੱਚ ਸੰਗਤ ਕੀਤੀ ਸੀਗੀ ਜੀ ਹਾਰਮੋਨੀਅਮ ਤੇ। ਅੱਛਾ ਜੀ। ਹਾਂਜੀ, ਤੇ ਉਦੋਂ ਤਾਂ ਮੈਂ ਬਹੁਤ ਯੰਗ ਸੀਗਾ, ਉਸ ਸਾਲ ਮੈਂ ਆਇਆ ਹੀ ਸੀਗਾ ਹਲੇ ਇੰਡੀਆ ਤੋਂ, 16 ਸਾਲ ਦਾ ਸੀਗਾ ਮੈਂ ਉਦੋਂ ਜੀ। ਤੇ ਮੈਂ ਉਹਨਾਂ ਦੇ ਨਾਲ ਸਟੇਜ ਤੇ ਵਜਾਇਆ ਸੀਗਾ, ਫਿਰ ਅਸੀਂ ਉਹਨਾਂ ਦੇ ਨਾਲ ਕਾਫੀ ਸਮਾਂ ਉਹ ਕੈਨੇਡਾ ਰਹੇ ਤੇ ਉਹਨਾਂ ਦੇ ਨਾਲ ਅਸੀਂ ਰਹੇ ਤੇ ਬਹੁਤ ਕੁਛ ਉਹਨਾਂ ਤੋਂ ਸਿੱਖਣ ਨੂੰ ਮਿਲਿਆ ਤੇ ਬਹੁਤ ਅਜ਼ੀਮ ਕਲਾਕਾਰ ਹੋਏ ਨੇ ਉਹ ਤੇ ਕਵਾਲੀ ਨੂੰ, ਗਜ਼ਲ ਨੂੰ ਔਰ ਗੀਤਾਂ ਨੂੰ ਉਹ ਹੋਰ ਲੈਵਲ ਤੇ ਲੈ ਕੇ ਗਏ ਆ, ਕਿਉਂਕਿ ਫਿਲਮਾਂ ਵਾਲਿਆਂ ਨੇ ਵੀ ਉਹਨਾਂ ਦੀਆਂ ਚੀਜ਼ਾਂ ਇੰਨੀਆਂ ਚੱਕੀਆਂ ਔਰ ਉਹਦੇ ਚੋਂ ਇੰਨੀਆਂ ਇੰਨਾ ਕੁਛ ਬਣਾ ਲਿਆ ਤੇ ਉਹਦਾ ਚੋ ਇੰਨੀਆਂ ਨੇ ਖਜ਼ਾਨੇ ਬਣਾ ਲਏ। ਤੂੰ ਚੀਜ਼ ਬੜੀ ਹੈ ਮਸਤ ਮਸਤ, ਜਿਹੜੀ ਵੀ ਚੀਜ਼ ਉਹਨਾਂ ਦੀ ਚੱਕੀ ਹਿੱਟ ਹੋ ਗਈ ਔਰ ਉਹਨਾਂ ਵਰਗਾ ਕਲਾਕਾਰ ਤਾਂ ਮੇਰਾ ਖਿਆਲ ਸਦੀ ਦੇ ਬਾਅਦ ਵੀ ਆਉਣਾ ਮੁਸ਼ਕਿਲ ਆ ਜੀ। ਕਮਲ ਜੀ, ਔਰ ਬਾਕੀ ਮੇਰੇ ਭਰਾਵਾਂ ਦਾ ਮੇਰੇ ਤੇ ਬਹੁਤ ਜ਼ਿਆਦਾ ਸਾਇਆ ਰਿਹਾ ਪਹਿਲੇ ਦਿਨ ਤੋਂ ਜੀ, ਔਰ ਸਾਡੇ ਉਸਤਾਦ ਸਰਦਾਰ ਜਸਵੰਤ ਸਿੰਘ ਭੰਬਰਾ ਸਾਹਿਬ ਜਿਨ੍ਹਾਂ ਤੋਂ ਅਸੀਂ ਕਲਾਸੀਕਲ ਦੀ ਤਾਲੀਮ ਲਈ ਆ, ਔਰ ਸਾਡੇ ਪਿਤਾ ਜੀ ਜਿਹੜੇ 4 ਜ਼ਬਾਨਾਂ ਦੇ ਬਹੁਤ ਜ਼ਿਆਦਾ ਆਪਣੇ ਗਿਆਤਾ ਨੇ, ਪੰਜਾਬੀ ਜ਼ਬਾਨ, ਉਰਦੂ ਜ਼ਬਾਨ, ਇੰਗਲਿਸ਼ ਤੇ ਹਿੰਦੀ, ਔਰ ਉਹਨਾਂ ਨੇ ਉਰਦੂ ਬੰਦ ਹੋ ਗਈ ਸੀਗੀ ਇੰਡੀਆ ਦੇ ਵਿੱਚ ਤੇ ਸਾਨੂੰ ਪੰਜਾਬ ਦੇ ਵਿੱਚ ਤੇ ਉਹਨਾਂ ਨੇ ਸਾਨੂੰ ਉਰਦੂ ਜ਼ਬਾਨ ਪੜ੍ਹਨੀ ਤੇ ਲਿਖਣੀ ਵੀ ਸਿਖਾਈ, ਔਰ ਉਹਨਾਂ ਦਾ ਸਾਡੇ ਤੇ ਬਹੁਤ ਜ਼ਿਆਦਾ ਕਰਮ ਆ ਲਿਟਰੇਚਰ ਪੜ੍ਹਨਾ ਚੌਹਾਂ ਜ਼ਬਾਨਾਂ ਦੇ ਵਿੱਚ, ਔਰ ਇਹ ਇਹ ਸਾਡੇ ਨਾਲ ਨਾਲ ਜਿਹੜੀ ਇਹ ਚੀਜ਼ ਚੱਲੀ ਆ ਉਹਦੇ ਵਿੱਚੋਂ ਉਹ ਸ਼ਾਇਰ ਵੀ ਨੇ, ਉਹ ਖੁਦ ਲਿਖਦੇ ਨੇ, ਸੋ ਉਹਨਾਂ ਦੇ ਵਿੱਚੋਂ ਸਾਨੂੰ ਅੱਗੇ ਸ਼ਾਇਰੀ ਦਾ ਜਿਹੜਾ ਹੈਗਾ ਮਿਲਿਆ ਕਿ ਅਸੀਂ ਵੀ ਲਿਖਣ ਲੱਗੇ। ਸੋ ਮੇਰੇ ਪਰਿਵਾਰ ਦਾ ਮੇਰੇ ਤੇ ਬਹੁਤ ਜ਼ਿਆਦਾ, ਬਾਕੀ ਮੈਂ ਸਪੈਸ਼ਲੀ ਸੰਗਤਾਰ ਤੇ ਮਨਮੋਹਨ, ਮੈਨੂੰ ਐਸਾ ਸਾਥ ਮਿਲਿਆ ਕਿ ਮੈਨੂੰ ਕੋਈ ਰਾਹ ਲੱਭਣਾ ਨੀ ਪਿਆ, ਮੈਨੂੰ ਬਣੇ ਬਣਾਏ ਰਾਸਤੇ ਮਿਲ ਗਏ। ਭਾਜੀ ਪਹਿਲਾਂ ਹੀ ਮਸ਼ਹੂਰ ਸੀਗੇ, ਨਹੀਂ ਤਾਂ ਨਵਾਂ ਕਲਾਕਾਰ ਇਸ ਤਰ੍ਹਾਂ ਹੁੰਦਾ ਕਿ ਚੱਲ ਗਿਆ ਤੇ ਇਹਦੇ ਨਾਲ ਇਹ ਨੀ ਹੈਗਾ ਕਿ ਉਹਨੂੰ ਸ਼ੋਅ ਲੱਗ ਪੈਂਦੇ ਆਉਣ, ਕੰਮ ਲੱਗ ਪਿਆ ਆਉਣ, ਕਿਉਂਕਿ ਜਿਹੜੀ ਸਾਡੀ ਰੋਜ਼ੀ ਰੋਟੀ ਆ ਉਹ ਸ਼ੋਆਂ ਤੋਂ ਹੀ ਸਾਡਾ
पैसा धेला बनता। कोई भी जिहड़ा पंजाबी कलाकार आ पंजाब च रहण वाला उह ज्यादा विआहां शादियां दे प्रोग्रामां तों जां बाहरले शोआं तों ही उहदी मेन इनकम दा जिहड़ा सोर्स आ उह है। पर इस तरह आ कि एक वारी गाणा चलण दे नाल कोई हिट नहीं हो जांदा, पर मैनूं इह बहुत ज्यादा एडवांटेज मिलिया, मेरे लिए लाभकारी होया कि भाजी होरी पहले ही बहुत ज्यादा मशहूर सके, वह सारे कलाकारां दे नाल शो कर चुके सके, हंसराज हंस होरां दे नाल पहला हो आए, संदीप मानक, सुरिंदर शिंदा, मुहम्मद सदीक, बिंद रखिया, पाकिस्तान तो अकरम राही, और बहुत कलाकार जाने के मैनू हुण एकदम मैनू याद नहीं आ रहा, गुलशन कोमल, रणजीत मणि, अपने सारिया दे नाल ओह शो कर चुके सीगे जिहड़े पहला ओह होर कलाकारां दे नाल आदे हुंदे सी। फिर जदों मैं मशहूर होया ते पहले साल ही असीं तिन्ना भरावां ने इह प्लैनिंग कीती बैठ के कि हुण असीं किसे नाल नहीं गाणा, असीं तिन्ना ने आपे गाणा आ, असीं विच कोई कमेडियन भी नहीं पाउणा, असीं असीं इस तरह शो करना और असीं उहदा नाम शो दा पंजाबी विरसा रखना, क्योंकि कई बार इस तरह हो जाता है कि तुसीं एक कलाकार पहला आया उहदा गाउण दा अपना स्टाइल आ, उह अपने तरह दे गीत गाउंदा, ते दूसरा कलाकार आ जांदा उहदे विच तुसीं अपना रंग नहीं दिखा सकदे। हुण साडा तिन्नां दा इक्को ही रंग आ, असीं इक्को ही रस्ते ते चलदे हां, सो एक शो दे विच असीं इक्को ही रंग दे विच उहनां नूं वखरियां वखरियां वैरायटियां दिंदे हां, इक इक्को ही विरसे चों इक्को ही लड़ी चों, क्योंकि असीं तिन्न इकट्ठे भी गाउंदे हां तां वी असीं उही गीत गावांगे, संगतार दा लिखिया होएगा जां उह मेरी तर्ज बणी होऊगी जां उह भाजी दा बणिया होऊगा, उहदे च इक दूजे दा रंग झलकदा रहिंदा जी। जी कमल जी, कमल जी जिवें कि थोड़ी आवाज बहुत ही मिठी ते सुफियाना है, ते इहदे नाल कहिंदे ने कि इस आवाज ने किसे एक बच्चे नूं एक नवां जन्म दित्ता, उहनूं एक आवाज दित्ती, ताकि तुसीं साडे नाल उह गल शेयर करोगे। हां जी, ये मैनू बाई जी ने पहला भी ऑफ दी एयर भी ये गल मेरे नाल होई सीगी, ये अमरीका दा अपने वाकया हैगा, ओ बच्चा ना बोल नहीं सकदा, बोलदा ते ओ कहंदे कि ओ जिस वेले उहनां ने ओ किसे चीज नूं ना ओ रिस्पोंस नहीं दिंदा हुंदा सीगा, ते कुदरती तौर ते उहनां ने किते ना पंजाबी विरसे चो कमली कमली गीत लाया, ते उहनूं ओ चंगा लगा होणा, कहंदे उदण पहली वारी हसिया ते नाले उहने अदा अखां अपणियां चमकियां, ਹੁਣ ਉਹ ਫਿਰ ਮੇਰੀ ਉਹਨੂੰ ਟੇਪ ਜਿਸ ਵੇਲੇ ਵੀ ਹੋਵੇ, ਕਈ ਵਾਰੀ ਕਈ ਚੀਜ਼ਾਂ ਕੁਦਰਤੀ ਤੌਰ ਤੇ ਰਾਜ ਜਾਂਦੀਆਂ, ਬਹੁਤ ਵਧੀਆ ਜੀ, ਬਹੁਤ ਜ਼ਿਆਦਾ ਖੁਸ਼ ਸੀਗੇ, ਔਰ ਮੈਂ ਉਹਨਾਂ ਦੇ ਦਰਸ਼ਨ ਕਰਕੇ ਮੈਨੂੰ ਬੜਾ ਮੈਂ ਪਸੀਜਿਆ ਵੀ ਗਿਆ, ਔਰ ਬਹੁਤ ਜ਼ਿਆਦਾ ਮੇਰੇ ਲਈ ਇਹ ਖੁਸ਼ਕਿਸਮਤੀ ਵੀ ਆ, ਕਿਉਂਕਿ ਮਿਊਜ਼ਿਕ ਇੱਕ ਐਸੀ ਚੀਜ਼ ਆ ਕਿ ਮਿਊਜ਼ਿਕ ਜਾਣੀ ਕਿ ਇਹਦਾ ਜਾਨਵਰਾਂ ਤੇ ਵੀ ਅਸਰ ਹੁੰਦਾ ਆ ਮਿਊਜ਼ਿਕ ਦਾ, ਔਰ ਜਿਹੜੀ ਚੀਜ਼ ਤੁਹਾਨੂੰ ਚੰਗੀ ਲੱਗ ਜਾਵੇ ਉਹ ਫਿਰ ਚੰਗੀ ਲੱਗ ਪੈਂਦੀ ਆ ਲੱਗਣ, ਜਿਹਨਾਂ ਕਲਾਕਾਰਾਂ ਨੂੰ ਅਸੀਂ ਪਸੰਦ ਕਰਦੇ ਹਾਂ ਉਹ ਸਾਨੂੰ ਇੰਨੇ ਚੰਗੇ ਲੱਗਦੇ ਆ, ਜੇ ਉਹਨਾਂ ਨੂੰ ਕੋਈ ਮਾੜਾ ਵੀ ਕਹੇ ਤਾਂ ਤੁਹਾਨੂੰ ਦੁੱਖ ਲੱਗਦਾ, ਅਸੀਂ ਕਹਿੰਦੇ ਯਾਰ ਤੂੰ ਗਲਤ ਆ, ਨਹੀਂ ਇਸ ਤਰ੍ਹਾਂ ਨਹੀਂ ਹੈ। ਸ਼ਾਇਰਾਂ ਚੋਂ ਸ਼ਿਵ ਕੁਮਾਰ ਬਟਾਲਵੀ ਸਾਹਿਬ ਦਾ ਮੈਂ ਟੁੱਟ ਕੇ ਫੈਨ ਆ, ਬਸ਼ੀਰ ਬਦਰ ਸਾਹਿਬ ਦਾ ਮੈਂ ਟੁੱਟ ਕੇ ਫੈਨ ਆ, ਜੇ ਕੋਈ ਉਹਨਾਂ ਨੂੰ ਕਾਖੇ ਨਹੀਂ ਯਾਰ ਉਹ ਤਾਂ ਏਦਾਂ ਸੀਗੇ ਏਦਾਂ ਸੀ, ਮੈਂ ਗਿਆ ਵੀ ਸੀਗਾ ਗਾਇਆ ਵੀ ਸੀ, ਸ਼ਿਵ ਦੇ ਗੀਤਾਂ ਨੂੰ ਜੋ ਵਰਦਾਨ ਦੱਸਦੇ ਨੇ ਆਖ ਕੇ ਸ਼ਰਾਬੀ ਉਹਨੂੰ ਕੰਨੀ ਕਤਰਾਉਂਦੇ ਨੇ, ਨੁਸਰਤ ਸਾਹਿਬ ਨੇ ਨੀ ਅੱਗੇ ਕੋਈ ਆਉਣ ਦੇ ਨਾ ਡਰਦੇ ਕਿ ਉਹਨਾਂ ਦੀ ਨਾ ਸਿਫਤ ਸੁਣਾਉਂਦੇ ਸੀ, ਮੈਨੂੰ ਤਾਂ ਇਸ ਦੁਨੀਆਂ ਦੇ ਵਰ ਸਮਝ ਨਾ ਆਉਂਦੇ ਨੇ ਮਰਨ ਪਿੱਛੋਂ ਕਿ ਬੜੀਆਂ ਉੱਤੇ ਦੀਪ ਜਗਾਉਂਦੇ ਨੇ, ਤੋ ਫਿਰ ਉਹ ਆਰਟਿਸਟ ਨੂੰ ਉਸ ਚੀਜ਼ ਦਾ ਰੰਜ ਹੁੰਦਾ, ਉਸ ਚੀਜ਼ ਦਾ ਦੁੱਖ ਲੱਗਦਾ ਆ, ਸੋ ਮੇਰੀ ਖੁਸ਼ਕਿਸਮਤੀ ਆ ਮੇਰੇ ਹਿੱਸੇ ਇਸ ਤਰ੍ਹਾਂ ਦੇ ਫੈਨ ਆਏ। ਤੁਸੀਂ ਇਸ ਗੱਲਬਾਤ ਦੇ ਵਿੱਚ ਕੁਦਰਤ ਦੀ ਗੱਲ ਕੀਤੀ, ਕੁਦਰਤੀ ਵਰਤਾਰੇ ਦੀ ਗੱਲ ਕੀਤੀ, ਜਿਹੜੇ ਬਹੁਤ ਸਾਰੇ ਸੈਲੀਬ੍ਰਿਟੀਜ਼ ਨੇਗੇ ਜਿਹੜੇ ਜਿਹਦੇ ਵਿੱਚੋਂ ਆਪਾਂ ਬਾਲੀਵੁੱਡ ਦੇ ਵੀ ਜਿਹੜੇ ਸੈਲੀਬ੍ਰਿਟੀਜ਼ ਨੇ ਉਹਨਾਂ ਦੀ ਵੀ ਗੱਲ ਕਰ ਲਈਏ, ਜਿਹੜਾ ਕਿਸੇ ਮੁਕਾਮ ਤੇ ਪਹੁੰਚਿਆ ਹੋਇਆ ਬੰਦਾ ਉਹ ਕਿਤੇ ਨਾ ਕਿਤੇ ਕਿਸੇ ਅਲੱਗ ਗੁਰੂ ਨੂੰ ਮੰਨ ਰਿਹਾ ਹੁੰਦਾ, ਜਾਂ ਇਹ ਕਹਿ ਲਈਏ ਕਿਸੇ ਸਾਧੂ ਕੋਲੇ ਜਾ ਰਿਹਾ ਹੁੰਦਾ, ਜਾਂ ਇੱਕ ਉਹਨੇ ਇੱਕ ਅਲੱਗ ਆਪਣੀ ਧਾਰਨਾ ਬਣਾਈ ਹੁੰਦੀ ਹੈ, ਜਾਂ ਮਨ ਦੇ ਵਿੱਚ ਕੁਛ ਏਦਾਂ ਦਾ ਵਿਸ਼ਵਾਸ ਹੁੰਦਾ ਕਿ ਵੀ ਹਾਂ ਮੈਨੂੰ ਸਾਰਾ ਕੁਛ ਇਸ ਦੁਆਰੇ ਚੋਂ ਮਿਲਿਆ। ਕਾਫੀ ਪੰਜਾਬੀ ਕਲਾਕਾਰ ਨੇ ਜਿਹੜੇ ਕਿਸੇ ਅਲੱਗ ਅਲੱਗ ਜਗ੍ਹਾਵਾਂ ਤੇ ਜਾਂਦੇ ਨੇ, ਸਾਡੇ ਜਿਹੜੇ ਕ੍ਰਿਕਟਰ ਵੀ ਨੇ ਉਹ ਵੀ ਏਦਾਂ ਦੀਆਂ ਜਿਹੜੀਆਂ ਖ਼ਬਰਾਂ ਦੇ ਵਿੱਚ ਘਿਰਦੇ ਰਹਿੰਦੇ ਨੇ, ਤੁਸੀਂ ਕਿਸ ਚੀਜ਼ ਦੇ ਵਿੱਚ ਵਿਸ਼ਵਾਸ ਕਰਦੇ ਹੋ? ਮੇਰਾ ਖਿਆਲ ਜਿਹੜਾ ਧਾਰਮਿਕ ਵਿਸ਼ਵਾਸ ਆ ਨਾ ਕਿਸੇ ਦਾ, ਉਹ ਇੱਕ ਐਸੀ ਸੈਂਸਿਟਿਵ ਚੀਜ਼ ਆ ਕਿ ਪਿਆਰ ਵੀ ਇਸ ਤਰ੍ਹਾਂ ਹੀ ਆ, ਪਿਆਰ ਵੀ ਇਸ ਤਰ੍ਹਾਂ ਹੀ ਆ। ਲੈਲਾ ਮਜਨੂੰ ਦੀ ਤੁਸੀਂ ਕਹਾਣੀ ਸੁਣੀ ਆ, ਚਾਹੇ ਉਹ ਸੱਚੀ ਹੋਵੇ ਚਾਹੇ ਝੂਠੀ ਹੋਵੇ, ਉਹਨੂੰ ਕਹਿੰਦੇ ਸੀ ਵੀ ਉਹ ਲੈਲਾ ਤਾਂ ਬਹੁਤ ਕਾਲੀ ਆ, ਹਨਾ ਉਹ ਤਾਂ ਸੋਹਣੀ ਨੀ ਹੈ, ਤੈਨੂੰ ਤਾਂ ਇਹਦੇ ਨਾਲ ਸੋਹਣੀ ਕੁੜੀ ਮਿਲ ਸਕਦੀ ਆ, ਉਹ ਮਜਨੂੰ ਉਹਨਾਂ ਨਾਲ ਲੜ ਪਿਆ, ਤੁਹਾਨੂੰ ਪਤਾ ਹੀ ਆ ਕਹਾਣੀ ਦਾ। ਹਾਂਜੀ ਹਾਂਜੀ, ਸੋ ਧਾਰਮਿਕ ਵਿਸ਼ਵਾਸ ਵੀ ਇਸ ਤਰ੍ਹਾਂ ਹੀ ਆ ਕਿ
ਕੋਈ ਕਿਤੇ ਜਾਂਦਾ ਕੋਈ ਕਿਤੇ ਜਾਂਦਾ ਕੱਲੇ ਕਲਾਕਾਰ ਨਹੀਂ ਜਾਂਦੇ ਬਾਕੀ ਲੋਕ ਸਾਰੇ ਦੁਨੀਆਂ ਜਾਂਦੀ ਆ ਤੇ ਉਹ ਕੀ ਆ ਕਿ ਉਹਨਾਂ ਵਿੱਚੋਂ ਜਿਹੜੇ ਕਲਾਕਾਰ ਬਣ ਜਾਂਦੇ ਆ ਉਹਨਾਂ ਨੂੰ ਵਿਚਾਰਿਆਂ ਨੂੰ ਕਹਿ ਦਿੰਦੇ ਉਹ ਫਲਾਣੇ ਦੇ ਮੱਥਾ ਟੇਕ ਜਾਂਦਾ ਹਨਾ ਮੇਰੇ ਖਿਆਲ ਅਨੁਸਾਰ ਜਿਹੜਾ ਧਾਰਮਿਕ ਵਿਸ਼ਵਾਸ ਆ ਕਿਸੇ ਦਾ ਮੈਂ ਉਹਦੇ ਵਿੱਚ ਨਾ ਜਿੱਦਾਂ ਬਹੁਤਾ ਦਖਲ ਨੀ ਦਿੰਦਾ ਕਿ ਕੋਈ ਕਿਉਂ ਜਾਂਦਾ ਉਹ ਝੂਠਾ ਆ ਕਿ ਸੱਚਾ ਆ ਹਨਾ ਜਿਹੜਾ ਕਿਸੇ ਦਾ ਧਾਰਮਿਕ ਵਿਸ਼ਵਾਸ ਆ ਉਹਨੂੰ ਮੇਰਾ ਖਿਆਲ ਉੱਥੇ ਟਿਕਿਆ ਰਹਿਣ ਦੇਣਾ ਚਾਹੀਦਾ ਆ ਹਰ ਇੱਕ ਦਾ ਧਾਰਮਿਕ ਵਿਸ਼ਵਾਸ ਔਰ ਕਿਸੇ ਨੂੰ ਮੇਰਾ ਖਿਆਲ ਆ ਕਿ ਪ੍ਰੈਸ਼ਰ ਪਾ ਕੇ ਕੋਈ ਪੁੱਛਣ ਦੀ ਜ਼ਰੂਰਤ ਵੀ ਨੀ ਐਡੀ ਹੈਗੀ ਕਿ ਤੂੰ ਕਿਹਨੂੰ ਮੰਨਦਾ ਵੀ ਹਨਾ ਕੋਈ ਨਾਸਤਕ ਵੀ ਹੋ ਸਕਦਾ ਉਹਨੂੰ ਨਾਸਤਕ ਰਹਿਣ ਦਿਓ ਹਨਾ ਜਿਹੜਾ ਰੱਬ ਨੂੰ ਮੰਨਦਾ ਇੱਕ ਨੂੰ ਉਹਨੂੰ ਰੱਬ ਨੂੰ ਮੰਨਣ ਦਿਓ ਹਨਾ ਜਿਹੜਾ ਸਾਰੇ ਧਰਮਾਂ ਨੂੰ ਮੰਨਦਾ ਉਹਨੂੰ ਸਾਰਿਆਂ ਧਰਮਾਂ ਨੂੰ ਮੰਨਣ ਦਿਓ ਔਰ ਸਾਨੂੰ ਤਾਂ ਇਹੀ ਪਹਿਲੇ ਦਿਨ ਤੋਂ ਸਿਖਾਇਆ ਗਿਆ ਸਾਡੇ ਫੈਮਿਲੀ ਦੇ ਵਿੱਚ ਕਿ ਸਾਰੇ ਧਰਮਾਂ ਨੂੰ ਮੰਨਣਾ ਆ ਸਾਰੇ ਧਰਮਾਂ ਨੂੰ ਬਰਾਬਰ ਰੁਤਬਾ ਦੇਣਾ ਆ ਸ਼ਿਵ ਕੁਮਾਰ ਬਟਾਲਵੀ ਨੂੰ ਮੇਰਾ ਖਿਆਲ ਜਿਹੜਾ ਧਾਰਮਿਕ ਵਿਸ਼ਵਾਸ ਆ ਅਸੀਂ ਜ਼ਬਾਨ ਦੀ ਸੇਵਾ ਕਰਦੇ ਹਾਂ ਔਰ ਜ਼ਬਾਨ ਨੂੰ ਅਸੀਂ ਧਰਮਾਂ ਤੋਂ ਫਿਰ ਉੱਚੇ ਉੱਠ ਕੇ ਸਾਰਿਆਂ ਨੂੰ ਬਰਾਬਰ ਰੱਖ ਕੇ ਇੱਕ ਆਰਟ ਦੇ ਵਿੱਚ ਰਚ ਕੇ ਅਸੀਂ ਉਹਦਾ ਸਾਹਿਤ ਜਾਂ ਉਹਦੀ ਪਰਿਵਾਰ ਨੂੰ ਲੈ ਲਈਏ ਤੁਸੀਂ ਪੂਰੇ ਜਿਹੜੀ ਹੁਣ ਤੱਕ ਗੱਲਬਾਤ ਹੋਈ ਜਾਂ ਸਾਰੇ ਸਰੋਤਿਆਂ ਨੂੰ ਤੁਹਾਡੀਆਂ ਹੋਰ ਇੰਟਰਵਿਊ ਤੋਂ ਵੀ ਪਤਾ ਗਾ ਕਿ ਤੁਸੀਂ ਤੁਹਾਡੇ ਭਰਾਵਾਂ ਦਾ ਪਿਆਰ ਬਹੁਤ ਆ ਪੇਰੈਂਟਸ ਨੇ ਤੁਹਾਨੂੰ ਬਹੁਤ ਕੁਛ ਦਿੱਤਾ ਕੁਛ ਪਰਿਵਾਰ ਏਦਾਂ ਦੇ ਹੁੰਦੇ ਨੇ ਕਿ ਆਸਥਾ ਹੁੰਦੀ ਆ ਕਿ ਅਸੀਂ ਸਾਡੇ ਲਈ ਉਹੀ ਰੱਬ ਹੁੰਦਾ ਹੋ ਸਕਦਾ ਫਾਦਰ ਦੇ ਰੂਪ ਦੇ ਵਿੱਚ ਹੋਵੇ ਹੋ ਸਕਦਾ ਭਰਾ ਦੇ ਰੂਪ ਦੇ ਵਿੱਚ ਹੋਵੇ ਮੈਂ ਇੱਥੇ ਟਾਰਗੇਟ ਕਰ ਰਿਹਾ ਉਸ ਭਾਵਨਾ ਨੂੰ ਉਸ ਲਿੰਕ ਨੂੰ ਉਸ ਸੰਬੰਧ ਨੂੰ ਕਿ ਜਿੱਥੇ ਤੁਹਾਡੀ ਆਸਥਾ ਖੜੀ ਹੁੰਦੀ ਆ ਉਹ ਚਾਹੇ ਕਿਸੇ ਮੂਰਤੀ ਦੇ ਵਿੱਚ ਆ ਚਾਹੇ ਉਹ ਕਿਸੇ ਰਿਲੇਸ਼ਨ ਦੇ ਵਿੱਚ ਆ ਸੰਬੰਧ ਦੇ ਵਿੱਚ ਆ ਤੁਹਾਨੂੰ ਕਿਤੇ ਤੁਹਾਡੀ ਪੂਰੀ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਕਿਤੇ ਜਿੱਥੇ ਕਿਤੇ ਤੁਸੀਂ ਲੜਖੜਾਏ ਹੋਵੋ ਕਿਤੇ ਤੁਹਾਨੂੰ ਲੱਗਿਆ ਹੋਵੇ ਕਿ ਹਾਂ ਗਿਰ ਰਿਹਾ ਉਸ ਆਸਥਾ ਨੇ ਸਹਾਰਾ ਦਿੱਤਾ ਔਰ ਜੇ ਦਿੱਤਾ ਤਾਂ ਉਹ ਕਿਹੜੀ ਸਟੇਜ ਸੀ ਔਰ ਕਿੱਦਾਂ ਤੁਹਾਨੂੰ ਰਿਕਵਰ ਕਰਨ ਦੇ ਵਿੱਚ ਉਸ ਚੀਜ਼ ਨੇ ਮਦਦ ਕੀਤੀ ਮੈਂ ਤਾਂ ਇਹੀ ਦੱਸਿਆ ਕਿ ਜਹਾਂ ਆਪਣੇ ਸਰ ਕੋ ਜਗਾ ਦੀ ਹੈ ਵਹਾਂ ਮੈਨੇ ਕਾਬਾ ਬਣਾ ਦਿਆ ਜੇ ਸੱਚ ਪੁੱਛੋ ਤਾਂ ਮੈਨੂੰ ਜੀ ਬਹੁਤ ਵਧੀਆ ਜੀ ਬਹੁਤ ਖੂਬ ਜੀ ਬਹੁਤ ਖੂਬ ਜਿਹੜਾ ਇੱਕ ਹੋਰ ਤੁਸੀਂ ਗੱਲ ਪਾਸੇ ਜਲਵਾ ਮਾਹੀ ਦਾ ਮੈਂ ਸੀਸ ਝੁਕਾਵਾਂ ਕਿਸ ਪਾਸੇ ਕੀ ਬਾਤ ਵਧੀਆ ਕਮਲ ਜੀ ਮੈਂ ਤਾਂ ਇਹੀ ਲਿਖਿਆ ਮੈਂ ਇਹੀ ਗਾਇਆ ਜੀ ਹਾਂਜੀ ਜੀ ਇੱਕ ਹੋਰ ਗੱਲ ਤੁਸੀਂ ਕੀਤੀ ਜਿਹਦੇ ਵਿੱਚ ਸੋਚ ਦੀ ਦਿਮਾਗ ਦੀ ਗੱਲ ਕੀਤੀ ਔਰ ਕੱਲ ਸੰਗਤਾਰ ਨਾਲ ਵੀ ਗੱਲਬਾਤ ਹੋ ਰਹੀ ਸੀ ਤਾਂ ਉਹਨਾਂ ਨੇ ਵੀ ਇੱਕ ਗੱਲ ਜਦੋਂ ਮੈਂ ਪੁੱਛਿਆ ਉਹਨਾਂ ਨੂੰ ਸਵਾਲ ਪੁੱਛਿਆ ਕਿ ਦੋਨਾਂ ਭਰਾਵਾਂ ਦਾ ਇੱਕ ਇੱਕ ਤੁਸੀਂ ਗੁਣ ਪਿੱਕ ਕਰੋ ਜਿਹਦੇ ਉੱਪਰ ਤੁਹਾਨੂੰ ਬਹੁਤ ਮਾਣ ਹੁੰਦਾ ਤਾਂ ਤੁਹਾਡੀ ਜਿਹੜੀ ਸਾਈਡ ਸੀ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਯਾਦਾਸ਼ਤ ਬਹੁਤ ਤੇਜ਼ ਆ ਐਨਰਜੀ ਬਹੁਤ ਆ ਤਾਂ ਇਹ ਜਿਹੜਾ ਗੁਣ ਹੈਗਾ ਕੀ ਕਸ਼ਮੀਰੀ ਬਦਾਮਾਂ ਦਾ ਆਸਰਾ ਜੀ ਨਹੀਂ ਦੇਖੋ ਮੈਂ ਤੁਹਾਨੂੰ ਸੱਚ ਦੱਸਾਂ ਕਿ ਸੰਗਤਾਰ ਦਾ ਮੇਰੇ ਤੇ ਬਹੁਤ ਜ਼ਿਆਦਾ ਪ੍ਰਭਾਵ ਆ ਬਹੁਤ ਜ਼ਿਆਦਾ ਮੈਂ ਤੁਹਾਨੂੰ ਸੱਚ ਦੱਸਾਂ ਕਿ ਇੱਕ ਵਾਰੀ ਸੀ ਇਸ ਤਰ੍ਹਾਂ ਸਟੇਜ ਤੇ ਜਾ ਰਹੇ ਸੀਗੇ ਕਿਸੇ ਦੇ ਮੇਰੀ ਹਲੇ ਇੱਕ ਕਮਲੀ ਐਲਬਮ ਮੇਰੀ ਪਹਿਲੀ ਆਈ ਸੀਗੀ ਉਹ ਫੇਲ ਹੋ ਗਈ ਸੀ ਉਹ ਚੱਲੀ ਨੀ ਸੀਗੀ ਤੇ ਉਹ ਤੋਂ ਬਾਅਦ ਵੱਡੇ ਭਾਜੀ ਨੇ ਜੋ ਕਮਾਇਆ ਖੱਟਿਆ ਸੀ ਉਹ ਅਸੀਂ ਉਹਦੇ ਤੇ ਲਾ ਲਿਆ ਸੀਗਾ ਕਮਲੀ ਐਲਬਮ ਤੇ ਉਹ ਗਾਣੇ ਬਾਅਦ ਦੇ ਵਿੱਚ ਮਸ਼ਹੂਰ ਹੋਏ ਉਹਨਾਂ ਦੇ ਵਿੱਚੋਂ ਦੋ ਕਮਲੀ ਕਮਲੀ ਗੀਤ ਉਹਦੇ ਵਿੱਚ ਮੈਂ ਆਪ ਸ਼ੇਅਰ ਲਿਖੇ ਮੰਗਲ ਹਠੂਰ ਨੇ ਸ਼ੇਅਰ ਲਿਖੇ ਐਸ ਐਮ ਸਾਧਕ ਸਾਹਿਬ ਦੇ ਸ਼ੇਅਰ ਉਹਦੇ ਵਿੱਚ ਪਾਏ ਸੀ ਬਲਕੀਤ ਮੀਰ ਦੇ ਸ਼ੇਅਰ ਪਾਏ ਸੀ ਤੇ ਉਹ ਗਾਣਾ ਫਿਰ ਮੈਂ ਦੁਬਾਰਾ ਇੱਕਦਮ ਉਹਨੂੰ ਚੇਂਜ ਕਰਕੇ ਗਾਇਆ ਸੀ ਤੇ ਜਿਹਦੇ ਪਿੱਛੇ ਹੋ ਗਿਆ ਸ਼ਦਾਈ ਦਿਲਾ ਮੇਰਿਆ ਉਸ ਐਲਬਮ ਚੋਂ ਗਾਇਆ ਸੀ ਉਸ ਫਲਾਪ ਐਲਬਮ ਚੋਂ ਤੇ ਉਹ ਸਾਰੇ ਪੈਸੇ ਪੂਸੇ ਵੀ ਵੱਡੇ ਭਾਜੀ ਦੇ ਲੱਗ ਗਏ ਤੇ ਉਹ ਅਸੀਂ ਆਪਣੇ ਗਾਉਣ ਗਏ ਕਿਸੇ ਫੰਕਸ਼ਨ ਦੇ ਉੱਤੇ ਗਏ ਵੱਡੇ ਭਾਜੀ ਨੇ ਗਾਉਣਾ ਸੀ ਤੇ ਉਹ ਮੈਨੂੰ ਖਿੱਚ ਖਿੱਚ ਕੇ ਲੱਗ ਪੈ ਲਜਾਣ ਤੂੰ ਯਾਰ ਸਟੇਜ ਤੇ ਜਾ ਤੂੰ ਯਾਰ ਸਟੇਜ ਤੇ ਜਾ ਤੇ ਮੈਂ ਉਹਨਾਂ ਨੂੰ ਕਿਹਾ ਯਾਰ ਮੈਂ ਕਿਹਾ ਮੈਨੂੰ ਕੋਈ ਜਾਣਦਾ ਨਾ ਬੁੱਝਦਾ ਨਾ ਮੈਂ ਨੀ ਗਾਉਣਾ ਸਟੇਜ ਤੇ ਉਹ ਫਿਰ ਵੀ ਮੈਨੂੰ ਲੈ ਗਿਆ ਤੇ ਜਿਹੜਾ ਅਨਾਊਂਸਰ ਸੀਗਾ ਤੇ ਉਹ ਬੋਲਣ ਲੱਗਾ ਕਿ ਹੁਣ ਜਾ ਹੁਣ ਤੁਹਾਨੂੰ ਸੰਗਤਾਰ ਇੱਕ ਗੀਤ ਸੁਣਾਊਗਾ ਜੀ ਮੈਂ ਜਾ ਕੇ ਮਾਈਕ ਫੜ ਕੇ ਨਾ ਗਾਣ ਲੱਗ ਪਿਆ ਤੇ ਉਹ ਫਿਰ ਮੇਰੇ ਕੋਲੋਂ ਮਾਈਕ ਖੋਹੀ ਜਾਵੇ ਜਿੱਦਾਂ ਕਾਂ ਨਿਆਣਿਆਂ ਦੇ ਹੱਥ ਚ ਜਲੇਬੀ ਖੋਹਦਾ ਹੁੰਦਾ ਨਾ ਮੈਂ ਫਿਰ ਮਾਈਕ ਉਹਨੂੰ ਫੜਾਤਾ ਮੈਂ ਕਿਹਾ ਪਤਾ ਨੀ ਕੀ ਕਹਿਣਾ ਚਾਹੁੰਦਾ ਤੇ ਉਹ ਮਾਈਕ ਫੜ ਕੇ ਕਹਿੰਦਾ ਜੀ ਗਲਤੀ ਲੱਗ ਗਈ ਇਹ ਸੰਗਤਾਰ ਨੀ ਇਹ ਕਮਲ ਹੀਰ ਆ ਮੈਨੂੰ ਨਾਲੇ ਮਾਈਕ ਫੇਰ ਫੜਾ ਗਿਆ ਹੈਂਜੀ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਭਰਾਵਾ ਮੇਰੀ ਇੱਕ ਮੈਂ ਬੇਨਤੀ ਕਰਾਂ
ਕਿ ਮੇਰੀ ਸਾਰੀ ਉਮਰ ਸੰਗਤਾਰ ਬਣਨ ਦੀ ਲੱਗ ਗਈ ਸੰਗਤਾਰ ਬਣਨ ਨੂੰ ਤੇ ਹੁਣ ਅੱਜ ਮੈਨੂੰ ਸੰਗਤਾਰੇ ਬਣਿਆ ਰਹਿਣ ਦੇ ਮੈਨੂੰ ਤੂੰ ਬਦਲਦਾ ਕਾਹਨੂੰ ਅੱਜ ਸੰਗਤਾਰ ਰਹਿਣ ਦੇ ਬਹੁਤ ਵਧੀਆ ਜੀ ਤੇ ਜਦੋਂ ਉਤਰ ਕੇ ਤਾਂ ਮੈਂ ਫਿਰ ਕਮਲ ਹੋ ਜਾਣਾ ਸੋ ਮੇਰੇ ਤੇ ਬਹੁਤ ਜ਼ਿਆਦਾ ਪ੍ਰਭਾਵ ਆ ਉਹਨਾਂ ਦਾ ਆਪਣੇ ਭਰਾਵਾਂ ਦਾ ਔਰ ਮੈਂ ਉਸੇ ਸੋਚ ਨੂੰ ਅੱਗੇ ਲੈ ਕੇ ਤੁਰਿਆ ਜਿਹੜੀ ਚੀਜ਼ ਯਾਦ ਵੀ ਕਰਨੀ ਆ ਉਹਨਾਂ ਨੂੰ ਪਹਿਲਾਂ ਹੀ ਯਾਦ ਨੇ ਜੀ ਇੱਕ ਦੂਜੇ ਦੀ ਸਿਫਤ ਕਰਨੀ ਇੱਕ ਦੂਜੇ ਨੂੰ ਪਿਆਰ ਜਿਹਨੂੰ ਤੁਸੀਂ ਕਰਦੇ ਆ ਉਹਦੀਆਂ ਕਮੀਆਂ ਨੀ ਫਿਰ ਦਿਸਦੀਆਂ ਔਰ ਉਹ ਮੈਨੂੰ ਪਿਆਰ ਇੰਨਾ ਕਰਦੇ ਨੇ ਕਿ ਮੈਨੂੰ ਉਹਨਾਂ ਨੇ ਬਸ ਸਿਫਰ ਦਾ ਸਫ਼ਰ ਆ ਜਿਹੜਾ ਅੱਜ ਹੈਗਾ ਤਾਂ ਮੈਂ ਸਿਫਰ ਹੀ ਜਿਹੜਾ ਮੇਰਾ ਸਫ਼ਰ ਆ ਉਹਨਾਂ ਕਰਕੇ ਹੀ ਹੈ ਜੀ ਬਾਕੀ ਬੁਲੰਦ ਸੋਚ ਆ ਜੀ ਤੁਹਾਡੀ ਔਰ ਤੁਸੀਂ ਇਸ ਗੱਲਬਾਤ ਦੇ ਦੌਰਾਨ ਮੰਗਲ ਹਠੂਰ ਜੀ ਉਹਨਾਂ ਦੀ ਗੱਲਬਾਤ ਕੀਤੀ ਹੈ ਐਜ਼ ਏ ਰਾਈਟਰ ਉਹਨਾਂ ਦੇ ਨਾਲ ਬਹੁਤ ਅਜ਼ੀਮ ਸ਼ਾਇਰ ਮੰਗਲ ਹਠੂਰ ਹਾਂਜੀ ਉਹਨਾਂ ਦੀ ਸ਼ਾਇਰੀ ਮੈਨੂੰ ਬਹੁਤ ਜ਼ਿਆਦਾ ਫਿੱਟ ਬੈਠੀ ਜਿਹੜੀ ਮੰਗਲ ਦੀ ਸ਼ਾਇਰੀ ਜੀ ਸਭ ਤੋਂ ਪਹਿਲਾ ਗੀਤ ਵੱਡੇ ਭਾਜੀ ਨੇ ਗਾਇਆ ਸੀ ਪੰਜਾਬੀ ਸ਼ੇਰਾ ਸਾਦਾ ਹੈ ਤੈਨੂੰ ਉਹ ਪੰਜਾਬ ਪੰਜਾਬੀ ਵਿਰਸੇ ਦੇ ਵਿੱਚ ਬਹੁਤ ਮਕਬੂਲ ਚੀਜ਼ਾਂ ਔਰ ਕਿਹਨੂੰ ਯਾਦ ਕਰ ਹੱਸਦੀ ਚੁੰਨੀ ਚ ਲਗਾ ਕੇ ਸੁਖੇ ਬੁੱਲ ਤੂੰ ਇਸੇ ਤਰ੍ਹਾਂ ਦਵਿੰਦਰ ਖੰਨੇ ਵਾਲਾ ਉਹਨਾਂ ਦੀ ਮੈਨੂੰ ਸ਼ਾਇਰੀ ਬਹੁਤ ਜ਼ਿਆਦਾ ਫਿੱਟ ਬੈਠੀ ਹੈ ਹੁਣ ਵੀ ਤੁਸੀਂ ਗਾਣਾ ਪਲੇ ਕੀਤਾ ਸੀ ਇੱਕ ਬੁੱਲ ਆਇਆ ਇਸ ਤਰ੍ਹਾਂ ਦੁਪਾਰ ਦਾ ਜੀ ਔਰ ਕੁੜੀਆਂ ਨੇ ਸੱਗੀ ਫੁੱਲ ਵਾਰੀਏ ਕੈਂਠੇ ਵਾਲਾ ਪੁੱਛੇ ਤੇਰਾ ਨਾਂ ਤੇ ਉਹ ਬਹੁਤ ਬਹੁਤ ਜ਼ਿਆਦਾ ਸੰਜੀਦਗੀ ਵਾਲੀ ਉਹਨਾਂ ਦੀ ਵੀ ਸ਼ਾਇਰੀ ਹੈ ਔਰ ਇਹ ਮੈਨੂੰ ਬਹੁਤ ਜ਼ਿਆਦਾ ਇਹ ਮੇਰੇ ਹਸਤੀ ਮਸਤੀ ਚ ਰਚੀਆਂ ਇਹ ਉਹਨਾਂ ਦੀਆਂ ਲਿਖਤਾਂ ਲਿਖੀਆਂ ਹੋਈਆਂ ਇੱਕ ਜਿਹੜਾ ਸਵਾਲ ਤੁਹਾਡੇ ਨਾਲ ਨਹੀਂ ਜੁੜਿਆ ਹੋਇਆ ਪਰ ਤੁਸੀਂ ਕਿਉਂਕਿ ਇੱਕ ਕਲਾਕਾਰ ਗਾਇਕ ਜਮਾਤ ਨਾਲ ਤੁਸੀਂ ਰਾਬਤਾ ਰੱਖਦੇ ਹੋਗੇ ਔਰ ਤੁਹਾਡੇ ਹਾਵ ਭਾਵ ਮੈਂ ਜਾਣਨੇ ਚਾਹੂੰਗਾ ਜਿਹੜੇ ਲੇਖਕ ਨੇ ਉਹ ਸੈਂਸਿਟਿਵ ਸੋਚ ਦੇ ਲੋਕ ਹੁੰਦੇ ਨੇ ਗੇ ਜਦੋਂ ਲਿਖਦੇ ਨੇ ਕਿਉਂਕਿ ਮੈਂ ਖੁਦ ਲੇਖਕ ਹਾਂ ਜੀ ਹਾਂਜੀ ਹਾਂ ਤਾਂ ਤੁਸੀਂ ਹੋਰ ਵੀ ਜ਼ਿਆਦਾ ਉਸ ਚੀਜ਼ ਮੈਂ ਹਮੇਸ਼ਾ ਲਿਖਦਾ ਆ ਤੇ ਮੈਂ ਹੁਣ ਵੀ ਆਪਣੇ ਵਿਰਸੇ ਦੇ ਵਿੱਚ ਤਕਰੀਬਨ ਜਿਹੜਾ ਅੱਧਾ ਚੀਜ਼ ਗਾਣੇ ਆ ਉਹ ਸਾਡੀ ਖੁਦ ਦੀ ਲਿਖੀ ਹੁੰਦੀ ਆ ਸਰਕਾਰ ਦੀ ਲਿਖੀ ਹੁੰਦੀ ਆ ਮੇਰੀ ਆਪਣੀ ਲਿਖੀ ਹੁੰਦੀ ਆ ਜੀ ਮੇਰਾ ਜਿਹੜਾ ਸਵਾਲ ਹਾਂਜੀ ਕਮਲ ਜੀ ਜਿਹੜਾ ਸਵਾਲ ਮੇਰਾ ਉਹ ਇਹੀ ਹੈ ਕਿ ਤੁਸੀਂ ਵਾਕਈ ਜਦੋਂ ਤੁਸੀਂ ਖੁਦ ਲੇਖਕ ਉਸ ਚੀਜ਼ ਨੂੰ ਮਹਿਸੂਸ ਕਰਦੇ ਹੋਵੋਗੇ ਮੈਂ ਦੁਨੀਆਂ ਦੇ ਪੂਰੇ ਇਸ ਨਕਸ਼ੇ ਦੇ ਉੱਪਰ ਪੰਜਾਬੀ ਲੇਖਕਾਂ ਦੀ ਜਦੋਂ ਮੈਂ ਗੱਲ ਕਰਦਾ ਮੈਂ ਬਹੁਤ ਸਾਰੇ ਲੇਖਕ ਜਿਨ੍ਹਾਂ ਦਾ ਨਾਮ ਵੀ ਹੈ ਉਹਨਾਂ ਨੂੰ ਕਿਸੇ ਨਾ ਕਿਸੇ ਮੰਚ ਦੇ ਉੱਪਰ ਆ ਕੇ ਆਪਣੇ ਗੁਜ਼ਾਰੇ ਲਈ ਕਿਤੇ ਡੋਨੇਸ਼ਨ ਟਾਈਪ ਕਹਿ ਲਈਏ ਜਾਂ ਇੱਕ ਫੰਡ ਰੇਜ਼ਿੰਗ ਟਾਈਪ ਕਰਦਿਆਂ ਵੀ ਦੇਖਿਆ ਆਪਣੀ ਇਸ ਜ਼ਿੰਦਗੀ ਦੇ ਵਿੱਚ ਕਲਾਕਾਰ ਜਿਹੜਾ ਉਹਨਾਂ ਦੀਆਂ ਕਿਰਤਾਂ ਦੇ ਸਿਰ ਤੇ ਕਿਸੇ ਮੰਚ ਤੇ ਪਹੁੰਚ ਜਾਂਦਾ ਲੇਖਕ ਦੇ ਨਾਲ ਕਿਤੇ ਬੇਇਨਸਾਫੀ ਹੋ ਜਾਂਦੀ ਆ ਜਾਂ ਕੀ ਕਾਰਨ ਹੈਗਾ ਇਹ ਹਮੇਸ਼ਾ ਇਹ ਚੀਜ਼ ਜਿਹੜੀ ਚੱਲਦੀ ਰਹਿੰਦੀ ਆ ਸੋਸਾਇਟੀ ਦੇ ਵਿੱਚ ਕਿ ਜਿਹੜਾ ਲੇਖਕ ਕਲਾਕਾਰਾਂ ਨੂੰ ਇੰਡੀਵਿਜੂਅਲ ਕਲਾਕਾਰ ਨੂੰ ਚਾਹੀਦਾ ਕਿਉਂਕਿ ਜਿਹੜੇ ਸ਼ਾਇਰ ਸਾਡੇ ਨਾਲ ਜੁੜੇ ਆ ਉਹ ਤੇ ਇਸ ਤਰ੍ਹਾਂ ਨਹੀਂ ਹੈਗੇ ਜੀ ਮੰਗਲ ਹਠੂਰ ਤੋਂ ਲੈ ਕੇ ਦਵਿੰਦਰ ਭਾਜੀ ਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਅਮੀਰ ਆ ਜਦੋਂ ਸਾਨੂੰ ਲੋੜ ਪੈ ਜਾਂਦੀ ਆ ਤੇ ਅਸੀਂ ਉਹਨਾਂ ਤੋਂ ਪੈਸੇ ਲੈਣੇ ਆ ਉਹ ਤਾਂ ਮਿਲੀਅਨੇਅਰ ਨੇ ਪਹਿਲੇ ਜਿੰਨੇ ਉਹਨਾਂ ਕੋਲ ਜ਼ਿਆਦਾ ਪੈਸੇ ਨੇ ਕਿ ਜਿਸ ਵੇਲੇ ਕੋਈ ਅਸੀਂ ਪਹਿਲੇ ਸ਼ੁਰੂ ਦੇ ਸਾਡੇ ਦਿਨਾਂ ਦੇ ਵਿੱਚ ਵੀ ਕਿਤੇ ਕਹਿਣਾ ਜੀ ਵੀਡੀਓ ਬਣਾਉਣੀ ਅੱਛਾ ਜੀ ਫਲਾਨੇ ਇੰਨੇ ਲੱਖ ਉਹਨਾਂ ਕੋਲ ਲੈ ਆ ਉਹ ਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਮਿਲੀਅਨੇਅਰ ਨੇ ਔਰ ਮੰਗਲ ਹਠੂਰ ਸਾਡੇ ਨਾਲ ਜੁੜਿਆ ਔਰ ਉਹਦੀ ਸ਼ਾਇਰੀ ਦਾ ਕਿਆ ਬਾਤ ਆ ਔਰ ਅਸੀਂ ਇੱਕ ਦੂਜੇ ਦੇ ਐਨ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲੇ ਆ ਔਰ ਮੇਰਾ ਖਿਆਲ ਸਾਡੇ ਵੱਲੋਂ ਤਾਂ ਇਹ ਕਿਸੇ ਨੂੰ ਸ਼ਿਕਾਇਤ ਨਹੀਂ ਹੋਏਗੀ ਔਰ ਹੋਰਨਾਂ ਕਲਾਕਾਰਾਂ ਬਾਰੇ ਮੈਂ ਫਿਰ ਉੱਥੇ ਹੀ ਆ ਗਿਆ ਜਿਸ ਤਰ੍ਹਾਂ ਧਾਰਮਿਕ ਵਿਸ਼ਵਾਸ ਪਿਆ ਸਾਨੂੰ ਫੈਮਿਲੀ ਚ ਪਹਿਲੀ ਸਭ ਤੋਂ ਸਿੱਖਿਆ ਇਹ ਦਿੱਤੀ ਗਈ ਅਜੇ ਸਿਫਤ ਨਹੀਂ ਕਰਨੀ ਨਿੰਦਿਆ ਵੀ ਕਿਉਂ ਕਰੀ ਜੋ ਕੱਚਾ ਹੁੰਦਾ ਉਹ ਪਲ ਵਿੱਚ ਖੜ ਜਾਂਦਾ ਕੰਮ ਕਿਸੇ ਦਾ ਰੁਕਦਾ ਨੀ ਇੱਥੇ ਸਭ ਦਾ ਸਰ ਜਾਂਦਾ ਮੰਗਲ ਦਾ ਹੀ ਲਿਖਿਆ ਆ ਔਰ ਆਪਾਂ ਕਿਸੇ ਦੇ ਬਾਰੇ ਨੀ ਗੱਲ ਕਰਦੇ ਆਪਾਂ ਪਹਿਲਾਂ ਤੋਂ ਹੀ ਆਪਾਂ ਆਪਣਾ ਕੰਮ ਕਰਦੇ ਹਾਂ ਆਪਣਾ ਬਸ 24 ਤਰੀਕ ਨੂੰ ਮੈਂ ਫਿਰ ਦੱਸ ਦਵਾਂ ਅਸੀਂ ਲਾਈਵ ਸ਼ੋਅ ਕਰਨਾ ਤਿੰਨਾਂ ਭਰਾਵਾਂ ਨੇ ਰਿਕਾਰਡ ਹੋਣਾ ਸਿੱਧੀ ਦੇ ਵਿੱਚ ਬਸ ਹੋਰ ਕਿਸੇ ਨੂੰ ਉਹ ਮਾੜਾ ਉਹ ਚੰਗਾ ਇਹਦੇ ਨਾਲ ਉਹ ਕਹਿਣ ਨਾਲ ਆਪਣਾ ਕੰਮ ਦਰੁਸਤ ਕਰ ਲਓ ਆਪਣਾ ਸੋਹਣਾ ਹੋਰ ਕਰ ਲਓ ਆਪਣੀਆਂ ਕਮੀਆਂ ਨੀ ਸਹੀ ਹੁੰਦੀਆਂ ਤੇ ਹੋਰ ਕਿਸੇ ਨੂੰ ਮਾੜਾ ਕੀ ਕਹਿਣਾ ਬਿਲਕੁਲ ਜੀ ਕਮਲ ਜੀ ਇਸੇ ਤਰ੍ਹਾਂ ਮੇਰਾ ਸਵਾਲ ਇਹ ਹੈ ਕਮਲ ਜੀ ਕਿ ਜਿੱਦਾਂ ਅੱਜ ਕੱਲ੍ਹ ਅਸੀਂ ਦੇਖ ਰਹੇ ਹਾਂ ਚਰਚਾ ਵਿੱਚ ਆਉਂਦਾ ਹੈ ਕਿ ਸਾਰੇ ਜਿੰਨੇ ਵੀ ਸਿੰਗਰਸ ਨੇ ਉਹ ਕਿਸੇ ਨਾ ਕਿਸੇ ਸਟੇਜ ਤੇ ਜਾ ਕੇ ਫਿਲਮਾਂ ਵੱਲ ਉਹਨਾਂ ਦਾ ਰੁਝਾਨ ਜਿਹੜਾ ਕੀ ਹੈਗਾ ਵੱਧ ਰਿਹਾ ਕੀ ਆਉਣ ਵਾਲੇ ਸਮੇਂ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਹੀਰ ਪਰਿਵਾਰ ਦੇ ਮੈਂਬਰ ਜਾਂ ਹੀਰ ਪਰਿਵਾਰ ਦੇ ਲਾਡਲੇ ਕਿਸੇ ਫਿਲਮ ਵਿੱਚ ਹੋ ਕੇ ਉਤਰਨਗੇ ਦੇਖੋ ਹੁਣ ਕਿੱਧਰ ਆਉਣ ਵਾਲਾ ਕੱਲ ਕਿੱਥੇ ਲੈ ਕੇ ਜਾਂਦਾ ਜੀ ਪੰਜਾਬੀ ਫਿਲਮਾਂ ਦਾ ਮਿਆਰ ਬਹੁਤ ਜ਼ਿਆਦਾ ਹੁਣ ਤਾਂ ਉੱਚੇ ਲੈਵਲ ਤੇ ਚਲਾ ਗਿਆ ਪੰਜਾਬੀ ਫਿਲਮਾਂ ਪਹਿਲਾਂ ਤਾਂ ਬਹੁਤ ਸੀਮਤ ਬਣਾਈਆਂ ਜਾਂਦੀਆਂ ਸੀ ਆਪਣੇ ਗਿਣਤੀ ਦੇ ਵਿੱਚ ਬਣਦੀਆਂ ਹੁੰਦੀਆਂ ਸੀਗੀਆਂ ਹੁਣ ਤਾਂ ਫਿਲਮਾਂ ਦੀ ਗਿਣਤੀ ਵੀ ਵੱਧ ਆ ਔਰ ਉਹਨਾਂ ਦੀ ਮੰਗ ਵੀ ਬਹੁਤ ਆ ਔਰ ਨਵੇਂ ਮੁੰਡੇ ਬਹੁਤ ਅੱਛਾ ਕੰਮ ਕਰ ਰਹੇ ਆ
ਪਰ ਸਾਡਾ ਜਿਹੜਾ ਜ਼ਿਆਦਾ ਗਾਉਣ ਵੱਲ ਹੋਈ ਆ ਤੇ ਸਾਡਾ ਕੋਈ ਐਕਟਿੰਗ ਵੱਲ ਇੰਨਾ ਰੁਝਾਨ ਨਹੀਂ ਹੈ ਜੀ, ਸਾਡਾ ਰੁਝਾਨ ਨਹੀਂ ਹੈਗਾ ਤਿੰਨਾਂ ਭਰਾਵਾਂ ਦਾ ਜੀ ਜੀ ਬਹੁਤ ਵਧੀਆ ਜੀ। ਕੱਲ ਵੀ ਮੈਂ ਸਵਾਲ ਕੀਤਾ ਸੀ ਤੁਹਾਡੀ ਪਰਿਵਾਰਕ ਸਾਂਝ ਆ ਜਿਹੜੀ ਤੁਹਾਡੇ ਰਿਸ਼ਤਿਆਂ ਦੀ ਆਪਸ ਚ ਤਾਣਾ ਬਾਣਾ ਮੋਰ ਪਾਂਚੇ ਦੀ ਤਰ੍ਹਾਂ ਇੱਕ ਦੂਜੇ ਨਾਲ ਇੰਨਾ ਜਿਹੜਾ ਇੱਕ ਦੂਜੇ ਨਾਲ ਫਸਿਆ ਹੋਇਆ ਕਿ ਇੰਨੇ ਸੰਬੰਧ ਮਜ਼ਬੂਤ ਨੇਗੇ ਉਹਦੀ ਜਿਹੜੀ ਉਸ ਤੋਂ ਜਿਹੜੀ ਇੱਕ ਕਿਸਮ ਦੇ ਸਾਰੇ ਹੋਰ ਵੀ ਕਿਤੇ ਸਿੱਖਿਆ ਲੈਂਦੇ ਨੇਗੇ ਉਹ ਵੀ ਉੱਦਾਂ ਦੀ ਜੀਣ ਦੀ ਕੋਸ਼ਿਸ਼ ਕਰਦੇ ਨੇ, ਬੜਾ ਪੋਜ਼ਿਟਿਵ ਜਿਹੜਾ ਆਊਟਕਮ ਆ ਰਹੀ ਹੈ, ਜਿਹੜਾ ਪੋਜ਼ਿਟਿਵ ਪ੍ਰਭਾਵ ਆ ਜਿਹੜਾ ਉਹ ਸਮਾਜ ਦੇ ਵਿੱਚ ਛੱਡਿਆ ਜਾ ਰਿਹਾ। ਇਹ ਇਸ ਸ਼ਕਤੀ ਪਿੱਛੇ ਪੂਰੇ ਜਿਹੜਾ ਪੂਰਾ ਵਰਤਾਰਾ ਦੇ ਪਿੱਛੇ ਕਿਹੜੀ ਸ਼ਕਤੀ ਆ ਜਿਹੜੀ ਕੰਮ ਕਰਦੀ ਆ, ਤੁਸੀਂ ਕੀ ਸੋਚਦੇ ਹੋ? ਮੈਂ ਤਾਂ ਇਹੀ ਕਹਿਣਾ ਹੁੰਦਾ ਕਿ ਮੇਰਾ ਉਹਨਾਂ ਤੋਂ ਬਗੈਰ ਗੁਜ਼ਾਰਾ ਨਹੀਂ, ਮੇਰੀ ਜਾਂ ਤੁਸੀਂ ਸੈਲਫਿਸ਼ਨੈਸ ਰੱਖ ਲਓ ਜਾਂ ਮੈਂ ਉਹਨਾਂ ਤੋਂ ਬਗੈਰ ਕਦੇ ਸੋਚਿਆ ਹੀ ਨਹੀਂ, ਮੈਂ ਆਪਣੀ ਆਪਣੀ ਜ਼ਿੰਦਗੀ ਖਤ ਜਾਣੋ ਤਾਂ ਮੈਂ ਇਸ ਕਦੇ ਇਸ ਲੈਵਲ ਤੇ ਜਾ ਕੇ ਕਦੇ ਸੋਚਿਆ ਨਹੀਂ ਕਿ ਮੇਰਾ ਇਕੱਲੇ ਦਾ ਜੀਵਨ ਕਿੱਦਾਂ ਦਾ ਹੋਊਗਾ। ਜੀ ਜੀ ਬਾਬਾ ਸਿੰਚੇ ਵਾਲਾ ਇੱਕ ਇਹੋ ਜਿਹਾ ਕਰੈਕਟਰ ਤੁਹਾਡੀ ਜ਼ਿੰਦਗੀ ਦੇ ਨਾਲ ਜੁੜਿਆ ਹੋਇਆ ਕਰੈਕਟਰ ਆ, ਔਰ ਤੁਸੀਂ ਆਪਣੇ ਗੀਤਾਂ ਦੇ ਵਿੱਚ ਰੁੱਖ ਦੀ ਗੱਲ ਕਰਦੇ ਹੋ, ਤੁਸੀਂ ਕੁੱਖ ਦੀ ਵੀ ਗੱਲ ਕਰਦੇ ਹੋ, ਰੁੱਖ ਲਗਾਓ ਪਾਣੀ ਦਾ ਸਤਿਕਾਰ ਕਰੋ। ਹਾਂਜੀ ਹਾਂਜੀ ਉਹ ਪੂਰੇ ਸੰਬੰਧਾਂ ਦਾ ਜਿਹੜਾ ਇੱਕ ਪੂਰਾ ਜਿਹੜਾ ਸਫ਼ਰ ਹੈਗਾ ਉਹਦੇ ਬਾਰੇ ਥੋੜਾ ਸਾਡੇ ਸਰੋਤਿਆਂ ਨੂੰ ਹੋਰ ਜਾਣੂ ਕਰਵਾਓ ਜੀ। ਹਾਂਜੀ ਬਾਬਾ ਬਲਵੀਰ ਸਿੰਘ ਸਿੱਚੇਵਾਲ ਸਾਹਿਬ ਉਹ ਬਹੁਤ ਜ਼ਿਆਦਾ ਇਸ ਚੀਜ਼ ਲਈ ਸਮਰਪਿਤ ਨੇ, ਆਪਣੇ ਪ੍ਰਦੂਸ਼ਣ ਜਿਹੜਾ ਹੈਗਾ ਆ, ਆਪਣੇ ਹਵਾ ਦਾ ਗੰਦਾ ਹੋਣਾ, ਪਾਣੀ ਦਾ ਗੰਦਾ ਹੋਣਾ, ਔਰ ਇੱਥੋਂ ਤੱਕ ਕਿ ਜਦੋਂ ਸਫਾਈ ਹੁੰਦੀ ਆ ਤੇ ਉਹ ਖੁਦ ਜਾ ਕੇ ਗੰਦਿਆਂ ਨਾਲਿਆਂ ਦੇ ਵਿੱਚ ਅਸੀਂ ਖੁਦ ਵੜੇ ਦੇਖੇ ਆ, ਛੂਆਂ ਤੋਂ ਬਗੈਰ ਜੀ ਪੱਟ ਕੇ ਕਈਆਂ ਦੇ ਨਾਲ ਗਾਰਾ ਕੱਢਦੇ ਆ, ਚਾਹੇ ਉਹਦੇ ਵਿੱਚ ਕਿੰਨਾ ਵੀ ਗੰਦ ਹੋਵੇ, ਜਾਣੀ ਕਿ ਤੁਸੀਂ ਦੇਖ ਕੇ ਬੰਦਾ ਪਸੀਜ ਉੱਠਦਾ। ਔਰ ਸਾਨੂੰ ਇਸ ਚੀਜ਼ ਨੇ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ, ਸਾਡੀ ਸੋਚ ਪਹਿਲਾਂ ਹੀ ਇਸ ਪਾਸੇ ਨੂੰ ਸੀਗੀ ਤੇ ਅਸੀਂ ਫਿਰ ਉਹ ਗਾਣਾ ਬਣਾਇਆ ਆਪਣੇ ਧੀਆਂ ਬਚਾਓ ਰੁੱਖ ਲਗਾਓ ਪਾਣੀ ਦਾ ਸਤਿਕਾਰ ਕਰੋ ਸੰਗਤਾਰ ਦਾ ਲਿਖਿਆ ਹੋਇਆ ਸੀ ਉਹ, ਤੇ ਕੱਲੇ ਵੱਡੇ ਭਾਜੀ ਦੀ ਆਵਾਜ਼ ਸੀਗੀ ਉਹਦੇ ਵਿੱਚ, ਪਰ ਅਸੀਂ ਐਕਟਿੰਗ ਉਹਦੇ ਵਿੱਚ ਤਿੰਨਾਂ ਜਾਣਿਆਂ ਨੇ ਕੀਤੀ ਸੀਗੀ ਤੇ ਉਹਦੇ ਵਿੱਚ ਉਹਨਾਂ ਨੂੰ ਵੀ ਅਸੀਂ ਬੇਨਤੀ ਕੀਤੀ ਕਿ ਜੇ ਤੁਸੀਂ ਆ ਜਾਓ ਤਾਂ ਮੈਸੇਜ ਹੋਰ ਸਟਰੋਂਗ ਹੋ ਸਕਦਾ ਆ, ਤੇ ਉਹਨਾਂ ਦੇ ਅਸੀਂ ਬਹੁਤ ਜ਼ਿਆਦਾ ਧੰਨਵਾਦੀ ਹਾਂ ਕਿ ਉਹਨਾਂ ਨੇ ਖਿੜੇ ਮੱਥੇ, ਜਦਕਿ ਉਹ ਕਦੇ ਕਿਸੇ ਇਸ ਤਰ੍ਹਾਂ ਵੀਡੀਓ ਚ ਨਹੀਂ ਆਏ ਸੀਗੇ, ਨਾਲੇ ਅਸੀਂ ਗਾਉਣ ਵਜਾਉਣ ਵਾਲੇ ਸੱਭਿਆਚਾਰ ਦੇ ਗੀਤ ਗਾਉਣ ਵਾਲੇ ਹਾਂ, ਕੋਈ ਕੋਈ ਧਾਰਮਿਕ ਗੀਤ ਜਾਂ ਉਸ ਪਾਸੇ ਨੂੰ ਸਾਡਾ ਨਹੀਂ, ਸਾਡਾ ਜਿਹੜਾ ਸੀਗਾ ਕੀ ਉਹਨੂੰ ਕਹਿੰਦੇ ਆ ਸਮਾਜ ਸੇਵਾ, ਖੇਤਰ ਸਾਡਾ ਅਲੱਗ ਆ ਸੱਭਿਆਚਾਰਕ ਖੇਤਰ ਆ, ਤੇ ਪਰ ਉਹਨਾਂ ਨੇ ਮੱਥੇ ਵੱਟ ਨਹੀਂ ਪਾਇਆ, ਉਹ ਕਹਿੰਦੇ ਜਿਹੜਾ ਮੈਸੇਜ ਆ ਇਹ ਮੇਰੇ ਲਈ ਬਹੁਤ ਜ਼ਿਆਦਾ ਇਹ ਖੁਸ਼ੀ ਨਾਲ ਮੈਨੂੰ ਖੁਸ਼ੀ ਹੋਊਗੀ ਇਹਦੇ ਵਿੱਚ ਇਸ ਤਰ੍ਹਾਂ ਐਕਟ ਕਰਕੇ, ਤੇ ਉਹਦੇ ਵਿੱਚ ਉਹ ਫਿਰ ਅਸੀਂ ਗੀਤ ਬਣਾਇਆ ਸਰ, ਤੇ ਉਹ ਦੁਨੀਆਂ ਭਰ ਦੇ ਵਿੱਚ ਪੰਜਾਬ ਸਰਕਾਰ ਨੇ ਵੀ ਉਹ ਉਹਦੀ ਬਹੁਤ ਗਿਣਤੀ ਦੇ ਵਿੱਚ ਸੀਡੀ ਬਣਾ ਕੇ ਜਿਹੜੀ ਕਿ ਵਰਲਡ ਵਾਈਡ ਤੇ ਨਾਲ ਅਜੀਤ ਹਰਿਆਵਲ ਲਹਿਰ ਹੋਈ, ਤੇ ਅਜੀਤ ਹਰਿਆਵਲ ਲਹਿਰ ਉਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਇਹਦੇ ਵਿੱਚ ਆਪਣੇ ਹੱਲਾ ਸ਼ੇਰੀ ਦਿੱਤੀ ਕਿ ਤੁਸੀਂ ਜਿਹੜਾ ਕੰਮ ਕਰਦੇ ਆ ਤੇ ਬਹੁਤ ਜ਼ਿਆਦਾ ਵਧੀਆ ਆ, ਸੋ ਉਹ ਸਾਡਾ ਬਹੁਤ ਜ਼ਿਆਦਾ ਪੋਜ਼ਿਟਿਵ ਇੱਕ ਜਿਸ ਤਰੀਕੇ ਨਾਲ ਕਹਿ ਲਓ ਕਿ ਨਾ ਪੋਜ਼ਿਟਿਵ ਅਪਰੋਚ ਸੀ ਜੀ ਇੱਕ ਸਮਾਜ ਸੇਵਾ ਦੇ ਪ੍ਰਤੀ, ਸਾਡੇ ਨਾਲ ਜਿਹੜੇ ਸਾਡੇ ਫੈਨ ਆ ਕਿਉਂਕਿ ਯੰਗ ਸਾਡੇ ਫੈਨ ਬਹੁਤ ਜ਼ਿਆਦਾ ਆ, ਜਿਹਦੇ ਨਾਲ ਜੁੜੇ ਹੋ ਆ ਵੱਡੇ ਭਾਜੀ ਨਾਲ ਜੁੜੇ ਹੋ ਆ, ਉਹ ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਸੁਣਦੇ ਆ ਤੇ ਹੁਣ ਅਸੀਂ ਵਿਆਹਾਂ ਤੇ ਜਾਂਦੇ ਆ ਉੱਥੇ ਵੀ ਉਹ ਗੀਤ ਗਾਉਂਦੇ ਆ, ਸ਼ੋਆਂ ਦੇ ਵਿੱਚ ਵੀ ਜਾ ਕੇ ਗੀਤ ਗਾਉਂਦੇ ਆ, ਧੀਆਂ ਬਚਾਓ ਰੁੱਖ ਲਗਾਓ ਪਾਣੀ ਦਾ ਸਤਿਕਾਰ ਕਰੋ, ਕਿਉਂਕਿ ਇਹ ਤਿੰਨੋ ਹੀ ਚੀਜ਼ਾਂ ਸਾਡੇ ਪੰਜਾਬ ਨੂੰ ਢਾਲ ਆ ਰਹੀਆਂ ਇਸ ਵੇਲੇ, ਜੇ ਅਸੀਂ ਇਹਨਾਂ ਨੂੰ ਸਾਂਭ ਲਈਏ ਤਾਂ ਅਸੀਂ ਆਉਣ ਵਾਲੀ ਜਨਰੇਸ਼ਨ ਨੂੰ ਬਚਾ ਸਕਦੇ ਹਾਂ, ਜੇ ਅਸੀਂ ਦੇਸੀ ਢੇਰ ਪਾ ਕੇ ਔਰਗੈਨਿਕ ਖੇਤੀ ਕਰੀਏ ਜੇ ਉਹ ਜਿਹੜਾ ਸਾਰਾ ਇੱਥੇ ਵੀ ਹੁਣ ਤਾਂ ਸਾਰੀ ਦੁਨੀਆਂ ਚ ਲੱਗ ਪਿਆ ਕਰਨ, ਮੁੜ ਕੇ ਆ ਗਏ ਆ ਕਿ ਅਲੂਮੀਨੀਅਮ ਦੀਆਂ ਚੀਜ਼ਾਂ ਤੁਸੀਂ ਖਤਮ ਕਰੋ ਜੀ ਤੇ ਭਾਂਡਿਆਂ ਚ ਬਣਾਓ ਜਾਂ ਤੁਸੀਂ ਕੱਚ ਦੇ ਭਾਂਡਿਆਂ ਚ ਬਣਾਓ, ਉੱਥੇ ਹੀ ਮੁੜ ਕੇ ਦੁਨੀਆਂ ਫੇਰ ਆ ਗਈ ਆ, ਸੋ ਉਹੀ ਮੈਸੇਜ ਉਹਦੇ ਵਿੱਚ ਦਿੱਤਾ ਗਿਆ ਸੀ ਜੀ। ਤੁਹਾਡੇ ਇੱਕ ਤੁਹਾਡਾ ਨਾ ਮੈਂ ਤੁਹਾਡੇ ਬਾਰੇ ਜਦੋਂ ਸੋਚਦਾ ਹੁੰਦਾ ਮੇਰੇ ਖਿਆਲ ਸਰੋਤੇ ਵੀ ਸੋਚਦੇ ਹੋਣੇ ਕਿ ਕੁਦਰਤ ਨੇ ਨਾ ਇੱਕ ਪੂਰਾ ਪੈਕੇਜ ਬਣਾ ਕੇ ਪੰਜਾਬੀ ਪੰਜਾਬੀਅਤ ਦੀ ਝੋਲੀ ਦੇ ਵਿੱਚ ਪਾਇਆ ਜਿਹਦੇ ਵਿੱਚ ਅਲੱਗ ਅਲੱਗ ਰੰਗ ਨੇ, ਔਰ ਤੁਸੀਂ ਪੁਰਾਣੇ ਜਿਹੜੇ ਗੀਤਾਂ ਨੂੰ ਜਦੋਂ ਤੁਸੀਂ ਨਵੇਂ ਅੰਦਾਜ਼ ਦੇ ਵਿੱਚ ਗਾਉਣੇ ਹੋ ਉਹ ਵਾਕਈ ਉਸਦਾ ਇਹ ਆ ਕਿ ਤੁਸੀਂ ਇੱਕ ਜਿਹੜਾ ਇੱਕ ਰੀਤ ਚੱਲੀ ਆ ਰਹੀ ਆ ਉਹ ਅਗਲੀ ਜਨਰੇਸ਼ਨ ਦੇ ਹੱਥ ਦੇ ਵਿੱਚ ਦੇ ਜਾਂਦੇ ਹੋ, ਕਿਤੇ ਤੁਹਾਨੂੰ ਇਹ ਨਹੀਂ ਲੱਗਦਾ ਕਿ ਜਿਹੜਾ ਪੁਰਾਣਾ ਰੰਗ ਹੈਗਾ ਉਹਦੀ ਜਿਹੜੀ ਹੋਂਦ ਕਿਤੇ ਖਤਮ ਹੋ ਜਾਂਦੀ ਆ? ਨਹੀਂ, ਪੁਰਾਣੇ ਰੰਗ ਦੀ ਹੋਂਦ ਖਤਮ ਹੀ ਹੋਣੀ ਚਾਹੀਦੀ ਹੈ, ਨਵੇਂ ਰੰਗ ਦੇ ਵਿੱਚ ਫਿਰ ਆਉਂਦਾ ਆ। ਦੇਖੋ ਜਿਹੜਾ ਦੋ ਚੀਜ਼ਾਂ ਨੇ, ਇੱਕ ਵਿਰਸਾ ਇੱਕ ਸੱਭਿਆਚਾਰ ਆ, ਔਰ ਉਹ ਹਰ ਇੱਕ ਕੰਟਰੀ ਦਾ ਆ, ਹਰ ਇੱਕ ਜ਼ਬਾਨ ਦਾ ਆ, ਹਰ ਇੱਕ ਧਰਮ ਦਾ ਆ ਜੀ।
ਉਹਦੇ ਚ ਕੀ ਆ ਕਿ ਜਿਹੜਾ ਵਿਰਸਾ ਜਿਹੜਾ ਅੱਜ ਦਾ ਦਿਨ ਆ ਉਹ ਕੱਲ ਨੂੰ ਹੈਰੀਟੇਜ ਸਾਡਾ ਬਣ ਜਾਣਾ, ਕੱਲ ਨੂੰ ਸਾਡਾ ਵਿਰਸਾ ਬਣ ਜਾਣਾ, ਅੱਜ ਸਭਿਆਚਾਰ ਆ, ਸਭਿਆਚਾਰ ਵਗਦਾ ਦਰਿਆ ਆ ਔਰ ਉਹਦੇ ਵਿੱਚ ਨਵੀਆਂ ਚੀਜ਼ਾਂ ਪਈ ਜਾਂਦੀਆਂ, ਉਹ ਵਿਰਸੇ ਚ ਜਾਈ ਜਾਂਦੀਆਂ ਔਰ ਉਹ ਪੁਰਾਣਾ ਹੋਣਾ ਹੀ ਹੋਣਾ ਆ। ਉਹਨੂੰ ਪਹਿਲੇ ਅਸੀਂ ਸਮੇਂ ਤੋਂ ਗੱਲ ਸ਼ੁਰੂ ਕੀਤੀ ਸੀ, ਰਹੀ ਵਾਸਤੇ ਘੱਟ ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਤਰੀਕ ਸਮੇਂ ਖਸਕਾਈ ਕੰਨੀ, ਜਿਹੜਾ ਸਮਾਂ ਆ ਉਹੀ ਉਹਨੂੰ ਇਤਿਹਾਸ ਬਣਾਉਂਦਾ ਆ ਔਰ ਇਤਿਹਾਸ ਨੂੰ ਪੁਰਾਣਾ ਹੋਣ ਦਿਓ, ਕੋਈ ਡਰ ਨਹੀਂ ਹੈ, ਪਰ ਉਹਨੂੰ ਤੁਸੀਂ ਭੁੱਲੋ ਨਾ ਵੀ ਮੇਰੇ ਬਾਬੇ ਨੇ ਮੇਰੇ ਲਈ ਕੀ ਕੀਤਾ, ਬਸ ਮੇਰੇ ਦਾਦੇ ਨੇ ਮੇਰੇ ਲਈ ਕੀ ਕੀਤਾ, ਯਾਰ ਜਿਹਨੇ ਪੈਨ ਬਣਾਇਆ ਸੀ ਜ਼ਰੂਰੀ ਨਹੀਂ ਉਹ ਪੰਜਾਬੀ ਸੀਗਾ, ਜਿਹਨੇ ਯਾਰ ਆਈਫੋਨ ਬਣਾਇਆ ਗਾਹਾਂ 20 ਸਾਲਾਂ ਨੂੰ ਕਹਿਣਾ ਹੀ ਆ, ਜਿਹਨੇ ਯਾਰ ਫਲਾਨਾ ਬਣਾਇਆ, ਜਿਹਨੇ ਟੱਚ ਫੋਨ ਬਣਾਇਆ, ਇਸ ਟੈਕਨੋਲੋਜੀ ਨੇ ਅੱਗੇ ਚੱਲ ਜਾਣਾ ਆ ਹੁਣ। ਇਸੇ ਤਰ੍ਹਾਂ ਹੁਣ ਅਸੀਂ ਕਲਮਾਂ ਦੀਆਂ ਗੱਲਾਂ ਕਰਦੇ ਹਾਂ, ਵਾਰਿਸ ਸ਼ਾਹ ਦੀ ਹੀਰ ਦੀਆਂ ਗੱਲਾਂ ਕਰਦੇ ਹਾਂ, ਹਨਾ ਸ਼ੇਕਸਪੀਅਰ ਦੀਆਂ ਗੱਲਾਂ ਕਰਦੇ ਹਾਂ, ਹਨਾ ਜੌਨ ਕੀਟਸ ਦੀਆਂ ਗੱਲਾਂ ਕਰਦੇ ਹਾਂ, ਇਸੇ ਤਰ੍ਹਾਂ ਅਸੀਂ ਫਿਰ ਅੱਗੇ ਅਗਲਿਆਂ ਦੀਆਂ ਗੱਲਾਂ ਕਰਨੀਆਂ। ਉਹਨਾਂ ਨੂੰ ਪੁਰਾਣੇ ਹੋਣ ਦਿਓ, ਉਹਨੂੰ ਅਸੀਂ ਰੋਕ ਨਹੀਂ ਸਕਦੇ ਪੁਰਾਣਾ ਹੋਣ ਤੋਂ, ਔਰ ਅਸੀਂ ਉਹਨੂੰ ਯਾਦ ਕਰ ਸਕਦੇ ਹਾਂ। ਜ਼ਰੂਰੀ ਨਹੀਂ ਹੈ ਕਿ ਅਸੀਂ ਘੜੇ ਚੋਂ ਪਾਣੀ ਪੀਣਾ, ਪਰ ਅਸੀਂ ਘੜੇ ਨੂੰ ਯਾਦ ਤਾਂ ਕਰ ਸਕਦੇ ਹਾਂ, ਘੜੇ ਕਰਕੇ ਅਸੀਂ ਬ੍ਰਿਜ ਤੱਕ ਆਏ ਹਾਂ, ਬਸ ਇੰਨਾ ਹੀ ਆ ਮੇਰਾ ਕਹਿਣਾ ਮਹਾਰਾਜ। ਸਮੇਂ ਦੀ ਗੱਲ ਕੀਤੀ ਤੁਸੀਂ ਸ਼ੁਰੂ ਦੇ ਜਿਹੜਾ ਵੇਰਵਾ ਦਿੱਤਾ ਸਮੇਂ ਦਾ, ਮੈਂ ਜਾਣਨਾ ਚਾਹੂੰਗਾ ਕਿਉਂਕਿ ਆਪਾਂ ਔਨ ਏਅਰ ਗੱਲ ਕਰ ਰਹੇ ਹਾਂ, ਲਾਈਵ ਗੱਲ ਕਰ ਰਹੇ ਹਾਂ, ਕਈ ਵਾਰੀ ਹੁੰਦਾ ਕਿ ਤੁਹਾਡਾ ਸਮਾਂ ਬਹੁਤ ਕੀਮਤੀ ਹੁੰਦਾ, ਕਿੰਨੇ ਕੁ 5-4 ਮਿੰਟ ਸਾਡੇ ਲਈ ਹੋਰ ਹੈਗੇ ਨੇ ਜੀ ਸਰੋਤਿਆਂ ਲਈ, 2-4 ਸਵਾਲ ਹੋਰ ਪੁੱਛ? ਬਿਲਕੁਲ ਹੈਗੇ ਮਹਾਰਾਜ ਤੁਹਾਡੇ ਦੇ ਸਾਰੇ ਜੀ। ਕਮਲ ਜੀ, ਜਿਵੇਂ ਕਮਲ ਜੀ ਅਸੀਂ ਹਮੇਸ਼ਾ ਗੱਲਾਂ ਕਰਦੇ ਹਾਂ ਕਿ ਸਾਡਾ ਲੱਕ ਸਾਡਾ ਸਾਥ ਦੇ ਗਿਆ, ਸਾਡਾ ਲੱਕ ਸਾਨੂੰ ਮਾਰ ਗਿਆ, ਤਾਂ ਕਮਲ ਹੀਰ ਜੀ ਕੀ ਇਸ ਬਾਰੇ ਸੋਚਦੇ ਨੇ ਕਿ ਵਾਕਈ ਲੱਕ ਕੋਈ ਨਾਮ ਦੀ ਚੀਜ਼ ਹੁੰਦੀ ਹੈ ਸਾਡੀ ਜ਼ਿੰਦਗੀ ਚ, ਜਾਂ ਸਿਰਫ ਮਿਹਨਤ ਹੀ ਰੰਗ ਲਾਉਂਦੀ ਹੈ? ਲੱਕ ਤੋਂ ਭਾਵ ਤੁਹਾਡਾ ਕਿਸਮਤ ਵਾਲੀ ਜੀ, ਗੁੱਡ ਲੱਕ ਤੋਂ ਜੀ? ਕਿਸਮਤ ਮੇਰਾ ਖਿਆਲ ਇੱਕ ਬਹੁਤ ਮੇਰਾ ਖਿਆਲ ਮਹਾਨ ਚੀਜ਼ ਆ, ਕਿਉਂਕਿ ਮੈਂ ਇਹ ਚੀਜ਼ ਦੇਖਦਾ ਕਿ ਮੇਰੇ ਤੋਂ ਬਹੁਤ ਗਾਉਣ ਵਾਲੇ ਸੋਹਣੇ ਬੈਠੇ ਆ, ਲਿਖਣ ਵਾਲੇ ਸੋਹਣੇ ਬੈਠੇ ਆ, ਤੇ ਉਹਨਾਂ ਨੂੰ ਮਸ਼ਹੂਰੀ ਨੀ ਮਿਲੀ, ਮੈਂ ਮਸ਼ਹੂਰ ਹੋ ਗਿਆ, ਸੋ ਇਹ ਕਿਸਮਤ ਹੀ ਆ। ਬਿਲਕੁਲ ਜੀ, ਮੈਂ ਜੇ ਕਹਾਂ ਤਾਂ ਸ਼ਾਇਦ ਤੁਸੀਂ ਕਹੋ ਨਹੀਂ ਯਾਰ ਤੂੰ ਵੀ ਵਧੀਆ ਸੀ, ਕਿਉਂਕਿ ਜਿਹਨੂੰ ਅਸੀਂ ਪਿਆਰ ਕਰਦੇ ਹਾਂ ਉਹ ਚੰਗਾ ਲੱਗਦਾ ਹੁੰਦਾ, ਉਹਦੀਆਂ ਕਮੀਆਂ ਥੋੜਾ ਦਿਸਦੀਆਂ ਹੁੰਦੀਆਂ। ਬਿਲਕੁਲ ਜੀ, ਪਰ ਮੈਂ ਖੁਦ ਵੇਖ ਲੈਣਾ ਆ ਕਿ ਅੱਛਾ ਯਾਰ ਉਹ ਗੁੰਡਾ ਮੇਰੇ ਤੋਂ ਸੋਹਣਾ ਗਾਉਂਦਾ, ਕਈ ਵਾਰੀ ਮੁੰਡੇ ਵਿਆਹਾਂ ਜਾਂਦੇ ਹੁੰਦੇ ਆ, ਇੱਕ ਗੀਤ ਗਾਇਆ ਬਹੁਤ ਚੰਗਾ ਲੱਗਦਾ, ਮੈਂ ਕਹਿੰਦਾ ਯਾਰ ਇੱਕ ਤੂੰ ਗੀਤ ਹੋਰ ਸੁਣਾ, ਤੂੰ ਸੋਹਣਾ ਬਹੁਤ ਗਾਣਾ। ਤੇ ਕਿਸਮਤ ਮੇਰਾ ਖਿਆਲ ਬਹੁਤ ਵੱਡੀ ਇਹ ਚੀਜ਼ ਆ, ਤੇ ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਆ ਕਿ ਤੁਹਾਡੇ ਨਾਲ ਕੋਈ ਜਿਹੜਾ ਸ਼ਖਸ ਕੋਈ ਬਸ਼ਰ ਜਿਹੜਾ ਆਦਮੀ ਕੋਈ ਜੁੜਦਾ ਆ ਉਹਦਾ ਕਿਸਮਤ ਤੁਹਾਡੇ ਨਾਲ ਜੁੜ ਜਾਂਦੀ ਆ, ਕੋਈ ਐਨਰਜੀ ਤਾਂ ਹੈ ਜਿਹੜੀ ਸਾਨੂੰ ਇੱਕ ਦੂਜੇ ਨਾਲ ਬੰਨ ਕੇ ਰੱਖਦੀ, ਕੁਦਰਤ ਤਾਂ ਹੈ ਹੀ ਨਾ। ਬਿਲਕੁਲ ਜੀ ਜੀ, ਸੋ ਮੇਰਾ ਖਿਆਲ ਆ ਜਿਸ ਤਰ੍ਹਾਂ ਅਸੀਂ ਜਿਹੜਾ ਜਿੱਦਾਂ ਦੀ ਸਾਡੀ ਸੋਚ ਹੁੰਦੀ ਆ ਸਾਡੇ ਵੱਲ ਨੂੰ ਉਸ ਤਰ੍ਹਾਂ ਦੀਆਂ ਚੀਜ਼ਾਂ ਆਉਂਦੀਆਂ ਆ ਸਾਡੇ ਵੱਲ ਨੂੰ। ਬਿਲਕੁਲ ਜੀ, ਐਨਰਜੀ ਦੀ ਗੱਲ ਕੀਤੀ ਉਹਨੂੰ ਫਿਰ ਰਾਤ ਨੂੰ ਭੂਤ ਜੀ, ਐਨਰਜੀ ਦੀ ਗੱਲ ਕੀਤੀ, ਸਟੇਜ ਨੂੰ ਜਿੰਦਾ ਕਰ ਦਿੰਦੇ ਹੋ ਜੀ ਤੁਸੀਂ। ਕਮਲ ਹੀਰ ਜਦੋਂ ਸਟੇਜ ਤੇ ਆਉਂਦਾ ਉਹ ਇੱਕ ਪਲ ਬੈਠ ਕੇ ਗਾ ਰਿਹਾ ਹੁੰਦਾ, ਅਗਲੇ ਪਲ ਬਿਨਾਂ ਹੱਥਾਂ ਦਾ ਸਹਾਰਾ ਲਿਆ ਖੜਾ ਵੀ ਹੋ ਕੇ ਗਾ ਰਿਹਾ ਹੁੰਦਾ, ਟਪੂਛੀਆਂ ਵੀ ਮਾਰ ਰਿਹਾ ਹੁੰਦਾ, ਉਹ ਹਰ ਤਰ੍ਹਾਂ ਦਾ ਡਾਂਸ ਵੀ ਕਰ ਰਿਹਾ ਹੁੰਦਾ, ਇੱਕ ਪੂਰਾ ਜਿਹੜਾ ਸੁਣਨ ਵਾਲਾ ਜਿਹੜਾ ਦੇਖਣ ਵਾਲਾ ਉਹਦੇ ਵਿੱਚ ਇੱਕ ਜੋਸ਼ ਆਇਆ ਹੁੰਦਾ, ਤਾਂ ਇਹ ਜਿਹੜਾ ਜੋਸ਼ ਹੈਗਾ ਇਸ ਪਿੱਛੇ ਇੱਕ ਫਿਜ਼ੀਕਲੀ ਆਪਣੇ ਆਪ ਨੂੰ ਫਿੱਟ ਰੱਖਣਾ, ਜਦੋਂ ਤੁਸੀਂ ਵਿਦੇਸ਼ਾਂ ਦੇ ਵਿੱਚ ਵੀ ਟਰੈਵਲ ਕਰਦੇ ਹੋ ਔਰ ਸਪੈਸ਼ਲੀ ਕਿਉਂਕਿ ਤੁਸੀਂ ਕੈਨੇਡਾ ਦੇ ਵਿੱਚ ਰਹਿੰਦੇ ਹੋਗੇ, ਕਦੇ ਇੰਡੀਆ ਕਦੇ ਕੈਨੇਡਾ, ਤਾਂ ਇਹ ਕਿੱਦਾਂ ਮੇਨਟੇਨ ਰੱਖਣਾ, ਥੋੜਾ ਹਾਰਡ ਨਹੀਂ ਲੱਗਦਾ ਤੁਹਾਨੂੰ ਆਪਣੇ ਆਪ ਨੂੰ? ਨਹੀਂ, ਹਾਰਡ ਕੁਛ ਨਹੀਂ ਹੈਗਾ, ਸਾਡੀ ਪਹਿਲੀ ਸਭ ਤੋਂ ਵੱਡੀ ਰਿਕੁਆਇਰਮੈਂਟ ਇਹੀ ਹੁੰਦੀ ਹੈ ਕਿ ਜਿਹੜੇ ਹੋਟਲ 'ਚ ਅਸੀਂ ਰਹਿਣਾ ਉਹਦੇ ਵਿੱਚ ਜਿੰਮ ਚਾਹੀਦਾ ਆ, ਉਹਦੇ 'ਚ ਟ੍ਰੈਡਮਿਲਾਂ ਚਾਹੀਦੀਆਂ ਆ, ਉਹਦੇ 'ਚ ਨੱਠਣ ਲਈ ਜਗ੍ਹਾ ਚਾਹੀਦੀ ਤੇ ਬਾਈਕਾਂ ਚਾਹੀਦੀਆਂ ਆ ਉਹਦੇ ਵਿੱਚ, ਤੇ ਅਸੀਂ ਤਾਂ ਕਿ ਉੱਥੇ ਅਸੀਂ ਐਕਸਰਸਾਈਜ਼ ਕਰ ਸਕੀਏ। ਔਰ ਦੂਜੀ ਗੱਲ ਹੈਗੀ ਆ ਜਿਹੜੀ ਸਟੇਜ ਆ ਉਹ ਇਸ ਤਰ੍ਹਾਂ ਲੱਗਦੀ ਆ ਮੈਨੂੰ ਕਿ ਮੈਨੂੰ ਖੁਦ ਲੱਗਣ ਲੱਗ ਪੈਂਦਾ ਮੇਰੇ ਸਾਹਾਂ 'ਚ ਤਬਲਾ ਲੱਗ ਪਿਆ ਵੱਜਣ, ਮੈਂ ਖੁਦ ਮੋਰਲਾ ਭੁੱਲ ਜਾਂਦਾ, ਇੱਕ ਦੋ ਗਾਣੇ ਜਿਹੜੇ ਪਹਿਲੇ ਆ ਉਹਦੇ 'ਚ ਆਡੀਅੰਸ ਦਿਸਦੀ ਰਹਿੰਦੀ ਆ ਤੁਸੀਂ ਸੱਚ ਜਾਣਿਓ, ਫਿਰ ਅਲੋਪ ਜਿਹਾ ਹੀ ਹੋ ਜਾਂਦਾ, ਧੁੰਦਲਾ ਜਿਹਾ ਹੋ ਜਾਂਦਾ, ਉੱਥੇ ਕਿ ਘੇਰਾ ਜਿਹਾ ਮੇਰਾ ਬਣ ਜਾਂਦਾ ਆ, ਮੈਂ ਉਹ 'ਚ ਇੰਜੋਏ ਕਰਦਾ ਉਸੇ ਸਰਕਲ ਜਿਹਾ 'ਚ ਬਬਲ ਜਿਹਾ 'ਚ, ਉਹ ਚੰਗਾ ਲੱਗਦਾ ਆ, ਇੱਕ ਲੋਰ ਜੀ ਇੱਕ ਨਸ਼ਾ ਜਿਹਾ ਚੜ ਜਾਂਦਾ ਜੀ, ਹਨਾ ਜੀ, ਤੇਰਾ ਨਾਮ ਰਹੇ ਮੈਨੂੰ ਯਾਦ ਸਦਾ ਭਾਵੇਂ ਬਾਕੀ ਦੁਨੀਆ ਭੁੱਲ ਜਾਵੇ, ਫਿਰ ਉਹੀ ਯਾਦ ਰਹਿ ਜਾਂਦਾ ਆ ਕਿ ਮੈਂ ਹੁਣ ਕੀ ਕਰਨਾ ਆ, ਤੇ ਬਾਕੀ ਮੈਨੂੰ ਸਾਰਾ ਕੁਛ ਮੋਹਰਲਾ ਭੁੱਲ ਜਾਂਦਾ, ਬਸ ਉਹਦੇ ਨਾਲ ਹੀ ਉਹਦੇ 'ਚ ਅਸਲੀਅਤ ਦਿਖਦੀ ਆ, ਉਹਦੇ 'ਚ ਮੌਲਿਕਤਾ ਦਿਸਦੀ ਆ, ਉਹਦੇ ਵਿੱਚ ਜਿਹੜੀ ਇੱਕ ਐਨਰਜੀ ਤੁਹਾਨੂੰ ਜਿਹੜੀ ਦਿਸਦੀ ਆ ਉਹ ਚੰਗਾਪਨ ਲੱਗਦਾ ਆ, ਅੰਦਾਜ਼ ਆਪਣੇ ਦੇਖਦੇ ਹੈ ਆਈ ਨੇ ਵੋ ਔਰ ਇਹ ਵੀ ਦੇਖਦੇ ਹੈ ਕਿ ਕੋਈ ਦੇਖਤਾ ਨਾ ਹੋ, ਔਰ ਜਿਸ ਵੇਲੇ ਆਪਾਂ ਇਸ ਚੀਜ਼ ਤੋਂ ਇਨਹਿਬਿਟਡ ਹੋ ਕੇ ਕੋਈ ਕੰਮ ਕਰਦੇ ਤਾਂ ਉਹ ਸੋਹਣਾ ਨੀ ਲੱਗਦਾ,
ਪਰ ਜਿਸ ਵੇਲੇ ਤੁਸੀਂ ਆਪਣੇ ਆਪ ਧਿਆਨ ਦੇ ਵਿੱਚ ਸ਼ੀਸ਼ੇ ਦੇ ਵਿੱਚ ਕੋਈ ਗਾਂਦਾ ਆ ਦੇਖ ਕੇ ਆਪਣੇ ਆਪ ਵਾਲ ਵਾਂਦਾ ਤਾਂ ਉਹ ਜ਼ਿਆਦਾ ਚੰਗਾ ਲੱਗੂਗਾ ਮੇਰੇ ਖਿਆਲ ਅਨੁਸਾਰ। ਜੀ ਇੱਕ ਹੋਰ ਤੁਹਾਡੇ ਪਰਿਵਾਰ ਦੇ ਵਿੱਚ, ਪਰਿਵਾਰ ਦੇ ਦਾਇਰੇ ਦੀ ਮੈਂ ਗੱਲ ਕਰਦਾ, ਸਿਰਫ ਪਰਿਵਾਰ ਪਰਿਵਾਰ ਦੀ ਜਿੱਥੇ ਬਲੱਡ ਰਿਲੇਸ਼ਨਸ ਨੇ, ਤੁਹਾਡਾ ਸਭ ਤੋਂ ਵੱਡਾ ਫੈਨ ਕਿਹੜਾ ਮੈਂਬਰ ਆ ਪਰਿਵਾਰ 'ਚ? ਮੇਰਾ ਫੈਨ, ਮੇਰਾ ਫੈਨ ਤਾਂ ਮੇਰਾ ਖਿਆਲ ਕੋਈ ਵੀ ਨਹੀਂ ਹੈ, ਮੇਰਾ ਫੈਨ ਕੋਈ ਨਹੀਂ ਹੈਗਾ। ਅਸੀਂ, ਮੈਨੂੰ ਇੱਕ ਦਿਨ ਮੈਂ ਸਟੇਜ ਤੇ ਗਾਉਂਦਾ ਸੀਗਾ, ਲੁਧਿਆਣੇ ਸੀ ਮੇਰਾ ਘਰ ਖਰੇ ਸ਼ੋ, ਤੇ ਉਹ ਮੁੰਡੇ ਆ ਗਏ ਮੋਹਰੇ ਤੇ ਉਹ ਮੈਨੂੰ ਕਹਿੰਦੇ, ਦੇਖੇ ਨੇ ਮੋਹਰੇ ਆ ਕੇ ਕਹਿਤਾ ਮੈਂ ਮਨਮੋਹਨ ਵਾਰਸ ਦਾ ਯਾਰ ਫੈਨ ਆ। ਫਿਰ ਉਹਨੇ ਮਹਿਸੂਸ ਕੀਤਾ ਹੋਣਾ ਕਿ ਯਾਰ ਕਿਸੇ ਕਲਾਕਾਰ ਕੋਲ ਇਸ ਤਰ੍ਹਾਂ ਆ ਕੇ ਕਹਿ ਦੇਣਾ ਤਾਂ ਦੂਜੇ ਕਲਾਕਾਰ ਨੂੰ ਮਾਇੰਡ ਨਾ ਹੋਵੇ। ਫਿਰ ਮੇਰੇ ਕੋਲ ਨੂੰ ਆ ਗਿਆ, ਯਾਰ ਭਾਜੀ ਮਾਇੰਡ ਨਾ ਹੁੰਦਾ ਤੁਸੀਂ ਕਰਿਓ ਹੈ। ਮੈਂ ਕਿਹਾ ਭਰਾਵਾ ਮੈਂ ਵੀ ਉਹਦਾ ਹੀ ਫੈਨ ਆ, ਮੈਂ ਵੀ ਮਨਮੋਹਨ ਵਾਰਸ ਦਾ ਹੀ ਫੈਨ ਆ। ਤੇ ਫਿਰ ਉਹ ਮੈਨੂੰ ਕਹਿੰਦੇ ਕਿ ਤੂੰ ਫਿਰ ਸਾਨੂੰ ਉਹਦਾ ਵੀ ਇੱਕ ਗੀਤ ਸੁਣਾ ਦੇ। ਮੈਂ ਕਿਹਾ ਤੁਹਾਨੂੰ ਹੀ ਲੱਗਦਾ ਮੈਂ ਆਪਣੇ ਗੀਤ ਗਾਈ ਜਾਂਦਾ ਸੀ, ਮੇਰੇ ਅੰਦਰ ਤਾਂ ਉਹੀ ਗਾਉਂਦਾ ਸੀ, ਪਹਿਲਾਂ ਵੀ ਤਾਂ ਉਹੀ ਗਾ ਰਿਹਾ ਸੀ, ਮੈਂ ਤਾਂ ਗਾਇਆ ਹੀ ਨਹੀਂ ਹੈਨਾ। ਵੋ ਇਸ ਤਰ੍ਹਾਂ ਸੇ ਆਜ ਕੁਛ ਪਹਿਲੂ ਨਸ਼ੀ ਰਹੇ, ਜਬ ਤੱਕ ਹਮਾਰੇ ਪਾਸ ਰਹੇ ਹਮ ਨਹੀਂ ਰਹੇ। ਸੋ ਅਸੀਂ ਉਹਨਾਂ ਦੇ ਫੈਨ ਆ, ਸੰਗਤਾਰ ਦੇ ਫੈਨ ਆ। ਤੇ ਸਾਡੀ ਤੁਸੀਂ ਨਾ ਇੱਕ ਬਹੁਤ ਵੱਡੀ ਦੁਵਿਧਾ, ਜਿਹੜੀ ਸਾਡੀ ਇੱਕ ਦੁਵਿਧਾ ਚੱਲ ਰਹੀ ਸੀ ਸਾਡੇ ਦਿਮਾਗ ਦੇ ਵਿੱਚ, ਮੇਰੇ ਤੇ ਲਵਨੀਤ ਦੇ ਦਿਮਾਗ ਦੇ ਵਿੱਚ, ਉਹ ਤੁਸੀਂ ਹੱਲ ਕਰਤੀ ਆ। ਤੁਸੀਂ ਸਟੇਜ ਤੇ ਵੱਡੇ ਭਰਾ ਦਾ ਗੀਤ ਗਾਇਆ ਸੀ ਤੇ ਉਹੀ ਹੁਣ ਅਸੀਂ ਤੁਹਾਡੇ ਤੋਂ ਸੁਣਨਾ ਚਾਹ ਰਹੇ ਸੀ। ਕਦੋਂ ਤੋਂ ਮੈਨੂੰ ਪੁੱਛ ਕਰ ਰਹੇ ਸੀ ਵੀ ਮੈਂ ਪੁੱਛ ਲਵਾਂ। ਮੈਂ ਕਿਹਾ ਵੀ ਚਲੋ ਹੁਣ ਉਹ ਮਸਲਾ ਹੀ ਹੱਲ ਹੋ ਗਿਆ ਜੀ। ਤੁਸੀਂ ਕਿਹੜਾ ਗੀਤ? ਕਮਲ ਜੀ ਤੁਹਾਡਾ ਗਾਇਆ ਹੋਇਆ ਤੇ ਸੰਗਤਾਰ ਜੀ ਹੁਣਾਂ ਦਾ ਲਿਖਿਆ ਇੱਕ ਗਾਣਾ ਹੈਗਾ ਕਿ ਚੰਨ ਮੇਰਿਆ ਜੀ, ਉਹਨਾਂ ਦੀਆਂ ਚਾਰ ਲਾਈਨਾਂ ਸਾਨੂੰ ਹੋ ਜਾਣ ਜੀ। ਚੰਨ ਮੇਰਿਆ ਜੀ, ਸੂਈ ਫੇਰ ਪੋਟੇ ਵਿੱਚ ਚੁੰਮ ਵੀ ਹੈ ਜੀ, ਰਮਾਲ ਤੇ ਬੁੱਟੀ ਪਾਉਂਦੀ ਪਾਉਂਦੀ। ਬਿਲਕੁਲ ਜੀ, ਬਿਲਕੁਲ ਜੀ। ਚਲ ਇਹ ਮੰਗਲ ਹਠੂਰ ਜੀ ਦਾ ਗੀਤ ਲਿਖਿਆ ਜੀ, ਜੀ ਮਿਊਜ਼ਿਕ ਸੰਤਾਰ ਜੀ ਦਾ ਜਿਹੜਾ ਹੈਗਾ, ਸੰਤਾਰ ਨੇ ਜੀ ਇਹਦੇ ਵਿੱਚ ਦਿੱਤਾ। ਹਾਂਜੀ ਮੈਂ ਸੁਣਾ ਦਿੰਦਾ ਜੀ। ਰਮਾਲ ਤੇ ਬੁੱਟੀ ਪਾਉਂਦੀ ਪਾਉਂਦੀ ਮੈਂ ਗੀਤ ਇਸ਼ਕ ਦਾ ਗਾਉਂਦੀ ਗਾਉਂਦੀ, ਮੈਂ ਤੇਰੇ ਯਾਦ ਖੂਹ ਵਿੱਚ ਡੁੱਬ ਗਈ ਰੇ ਚੰਨ ਮੇਰਿਆ, ਸੂਈ ਅੱਜ ਫੇਰ ਪੋਟੇ ਵਿੱਚ ਚੁੱਭ ਗਈ ਰੇ ਚੰਨ ਮੇਰਿਆ, ਸ਼ਕਲੋਂ ਬੜਾ ਪਿਆਰਾ ਲੱਗਦਾ ਪਰ ਅੰਦਰੋਂ ਹਤੇਰਾ ਲੱਗਦਾ, ਮੈਂ ਤੇ ਸੂਰਤ ਤੱਕ ਕੇ ਹੁੱਭ ਗਈ ਰੇ ਚੰਨ ਮੇਰਿਆ, ਮੈਂ ਤੇਰੀ ਯਾਦ ਖੂਹ ਵਿੱਚ ਡੁੱਬ ਗਈ ਰੇ ਚੰਨ ਮੇਰਿਆ, ਮੈਂ ਤੇਰੀ ਯਾਦ ਖੂਹ ਵਿੱਚ ਡੁੱਬ ਗਈ ਰੇ ਚੰਨ ਮੇਰਿਆ, ਸੂਈ ਅੱਜ ਫੇਰ ਪੋਟੇ ਵਿੱਚ ਚੁੱਭ ਗਈ ਰੇ ਚੰਨ ਮੇਰਿਆ। ਬਹੁਤ ਵਧੀਆ ਕਮਲ ਜੀ, ਇਹ ਸੌਂਗ ਤਾਂ ਮੇਰੇ ਰਿਪੀਟ ਤੇ ਹੀ ਰਹਿੰਦਾ ਆਈਪੋਡ ਚ, ਪਰ ਅੱਜ ਤੁਹਾਡੇ ਨਜ਼ਰ ਅੰਦਾਜ਼ ਸੁਣ ਕੇ ਮੈਨੂੰ ਬਹੁਤ ਵਧੀਆ ਲੱਗਿਆ ਜੀ, ਬਹੁਤ ਬਹੁਤ ਮਿਹਰਬਾਨੀ। ਨਹੀਂ ਜੀ, ਖੁਸ਼ਕਿਸਮਤੀ ਤਾਂ ਸਾਡੀ ਹੈ ਜੀ। ਅੱਛਾ ਜੀ, ਅਗਲਾ ਜਿਹੜਾ ਇੱਕ ਸਵਾਲ ਆ ਉਹ ਵੀ ਜਨਰਲ ਸਵਾਲ ਹੈਗਾ, ਮੇਰੇ ਖਿਆਲ ਦੇ ਵਿੱਚ ਕਿਸੇ ਵੀ ਇਨਸਾਨ ਨੂੰ ਪੁੱਛਿਆ ਜਾ ਸਕਦਾ ਹੈਗਾ, ਜਿਹੜੇ ਨੇ ਕੋਈ ਮੁਕਾਮ ਜਿਹੜਾ ਹਾਸਲ ਕੀਤਾ ਹੋਵੇ ਜ਼ਿੰਦਗੀ ਦੇ ਵਿੱਚ, ਸ਼ੋਹਰਤ ਤੇ ਪੈਸਾ ਦੋ ਜਿਹੜੇ ਅਲੱਗ ਅਲੱਗ ਤੁਹਾਡੀ ਜ਼ਿੰਦਗੀ ਦੇ ਨਾਲ ਜੁੜੇ ਹੋਏ, ਤੁਸੀਂ ਦੋਨਿਆਂ ਦਾ ਆਨੰਦ ਮਾਣ ਰਹੇ ਹੋ, ਕਿਹੜੀ ਚੀਜ਼ ਨੂੰ ਬਣਾਈ ਰੱਖਣਾ ਔਖਾ ਗਾ? ਇੱਕ ਵਾਰੀ ਮੈਨੂੰ ਫੇਰ ਸਵਾਲ, ਮੈਨੂੰ ਪੂਰਾ ਖਾਨੇ ਨਹੀਂ ਪਿਆ ਇੱਕ ਵਾਰੀ। ਸ਼ੋਹਰਤ ਇਨਸਾਨ ਨੂੰ ਮਿਲਦੀ ਹੈ ਤੇ ਨਾਲ ਪੈਸਾ ਵੀ ਮਿਲ ਜਾਂਦਾ, ਹਾਂਜੀ, ਦੋਨਾਂ ਚੀਜ਼ਾਂ ਦੇ ਵਿੱਚੋਂ ਕਿਹੜੀ ਚੀਜ਼ ਨੂੰ ਉਸੇ ਚੀਜ਼ ਬਣਾ ਕੇ ਰੱਖਣਾ, ਜਿਹੜਾ ਕੰਟੀਨਿਊਟੀ ਰੱਖਣੀ ਉਹਦੇ ਵਿੱਚ, ਜਾਂ ਉਸ ਨੂੰ ਥੱਲੇ ਨਾ ਆਉਣ ਦੇਣਾ, ਕਿਹੜੀ ਔਖੀ ਆ? ਹਾਂਜੀ, ਸ਼ੋਹਰਤ ਸੰਭਾਲਣੀ ਔਖੀ ਆ ਜਾਂ ਪੈਸਾ ਸੰਭਾਲਣਾ ਔਖਾ? ਜੀ ਮੇਰਾ ਖਿਆਲ ਇਹ ਆ ਕਿ ਜਿਹੜਾ ਪੈਸਾ ਸੰਭਾਲਣਾ ਔਖਾ ਆ, ਸ਼ੋਹਰਤ ਸੰਭਾਲੀ ਨੀ ਜਾਂਦੀ। ਸ਼ੋਹਰਤ ਤਾਂ ਇੱਕ ਬਬਲ ਜਿਹਾ ਆ, ਇੱਕ ਇੱਕ ਜਿਸ ਤਰ੍ਹਾਂ ਨਾ ਇੱਕ ਜਿਸ ਤਰ੍ਹਾਂ ਹਵਾ ਆ, ਤੁਸੀਂ ਉਹਨੂੰ ਫੜ ਨੀ ਸਕਦੇ, ਹੈ ਨਾ, ਮਹਿਸੂਸ ਕਰ ਸਕਦੇ ਆ। ਔਰ ਸ਼ੋਹਰਤ ਵੀ ਇਸੇ ਤਰ੍ਹਾਂ ਆ, ਬੰਦੇ ਨੂੰ ਇੱਕਦਮ ਪਤਾ ਲੱਗਦਾ ਅੱਛਾ ਯਾਰ ਮੈਂ ਹੁਣ ਮਸ਼ਹੂਰ ਨੀ ਰਹਿ ਗਿਆ, ਮੈਂ ਕੱਲ ਤਾਂ ਮਸ਼ਹੂਰ ਸੀਗਾ, ਹੈ ਨਾ, ਦਬਾ ਕੇ ਚੱਲ ਦੀਏ ਸਭ ਖਾਕ ਮੇ, ਅਰੇ ਦੁਆ ਨਾ ਸਲਾਮ ਜ਼ਰਾ ਸੀ ਦੇਰ ਮੇ, ਕਿਆ ਹੋ ਗਿਆ ਜ਼ਮਾਨੇ ਕੋ, ਕਿਆ ਬਾਤ ਹੈ, ਇੱਕਦਮ ਉਹ ਚੀਜ਼ ਬਦਲਦੀ ਆ। ਔਰ ਸ਼ੋਹਰਤ ਜਿਹੜੀ ਹੈਗੀ ਆ ਇਸ ਤਰ੍ਹਾਂ ਹੈਗੀ ਆ, ਇੱਕ ਬਬਲ ਹੈਗੀ ਆ। ਔਰ ਮੇਰਾ ਖਿਆਲ ਜਿਹੜਾ ਅਸਲੀ ਪਿਆਰ ਆ ਤੁਹਾਡੀ ਫੈਮਿਲੀ ਆ, ਉਹ ਤੁਸੀਂ ਕੱਲ ਨੂੰ ਮਸ਼ਹੂਰ ਵੀ ਨਾ ਰਹੋ, ਉਹਨਾਂ ਨੇ ਤੁਹਾਨੂੰ ਫਿਰ ਵੀ ਓਨਾ ਹੀ ਪਿਆਰ ਕਰਨਾ ਆ, ਹੈਨਾ। ਬਿਲਕੁਲ ਜੀ। ਸੋ ਜਿਹੜਾ ਪੈਸਾ ਆ, ਪੈਸਾ ਸ਼ੋਹਰਤ ਨਾ ਵੀ ਰਹੇ ਤਾਂ ਤੁਸੀਂ ਉਹਨੂੰ ਇੱਕਦਮ ਫਿਰ ਸੰਭਾਲ ਸਕਦੇ ਆ ਕਿ ਮੇਰੇ ਕੋਲ ਅੱਛਾ 10 ਰੁਪਏ ਆ,
ਮੈਂ ਹੁਣ ਇਹਨੂੰ ਨਾ ਇੱਕ 25-25 ਪੈਸੇ ਕਰਕੇ ਖਰਚਾ, ਉਹਨੂੰ ਤੁਸੀਂ ਸੰਭਾਲ ਸਕਦੇ ਆ, ਪਰ ਸ਼ੋਹਰਤ ਤੁਹਾਡੇ ਹੱਥ ਵੱਸ ਨੀ ਹੈਗੀ, ਉਹ ਕੋਈ ਹੋਰੇ ਤੱਕ ਤੇ ਆ ਜਿਹਨੂੰ ਜਿਹੜੀ ਉਹਨੂੰ। ਪਰ ਇਹ ਦੋਨੋਂ ਚੀਜ਼ਾਂ ਹੈਗੀਆਂ ਜਿਹੜੀਆਂ, ਇਹਨਾਂ ਦਾ ਇੱਕ ਨਸ਼ਾ ਹੈਗਾ ਆ, ਤੀਮੋ ਜ਼ਰ ਵੀ ਤੋਂ ਨਸ਼ੇ ਹੈ, ਤੋ ਮੈਂ ਐਵੇਂ ਕਿਆ ਖਰਾਬੀ ਹੈ, ਸੋਨਾ ਚਾਂਦੀ ਵੀ ਨਸ਼ੇ ਆ, ਸ਼ੋਹਰਤਾਂ ਵੀ ਨਸ਼ੇ ਆ, ਸ਼ਰਾਬ ਵੀ ਨਸ਼ਾ ਆ, ਤੋ ਮੈਂ ਐਵੇਂ ਕਿਆ ਖਰਾਬੀ ਹੈ, ਰਿੰਦੋ ਕੋ ਮੈਂ ਸੇ ਰੋਕਨੇ ਵਾਲੋ ਆਦਮੀ ਸੇ ਧਰਤਨ ਸ਼ਰਾਬੀ ਹੈ। ਆਦਮੀ ਇਨਸਾਨ ਜਦੋਂ ਪੈਦਾ ਹੁੰਦਾ ਤਾਂ ਉਹ ਇਹਦੀਆਂ ਭਾਲਾਂ ਚ ਨੱਠਦਾ ਆ, ਸ਼ੋਹਰਤ ਦੇ ਪਿੱਛੇ ਨੱਠਦਾ ਆ ਜਾਂ ਪੈਸੇ ਪਿੱਛੇ ਨੱਠਦਾ ਆ, ਤੇ ਸ਼ਰਾਬ ਵੀ ਉਹਨਾਂ ਦੇ ਵਿੱਚੋਂ ਹੀ ਇੱਕ ਚੀਜ਼ ਆ। ਔਰ ਮੇਰੇ ਖਿਆਲ ਅਨੁਸਾਰ ਇਹਨਾਂ ਚੀਜ਼ਾਂ ਦੀ ਕੋਈ ਇੰਨੀ ਵੈਲਿਊ ਨਹੀਂ ਹੈਗੀ ਜਿੰਨੀ ਅਸਲੀ ਜਿਹੜਾ ਪਿਆਰ ਆ ਤੁਹਾਡੀ ਫੈਮਿਲੀ ਆ ਤੁਹਾਨੂੰ ਪਿਆਰ ਕਰਨ ਵਾਲੇ। ਤੇ ਜਦੋਂ ਮੈਂ ਮਸ਼ਹੂਰ ਨਹੀਂ ਸੀਗਾ ਉਦੋਂ ਵੀ ਮੈਨੂੰ ਮਨਮੋਹਨ ਹੋਣੀ ਇਸੇ ਤਰ੍ਹਾਂ ਪਿਆਰ ਕਰਦੇ ਸੀ, ਤੇ ਹੁਣ ਵੀ ਉਹ ਇਸੇ ਤਰ੍ਹਾਂ ਕਰਦੇ। ਹੁਣ ਮੈਂ ਸਿਰ ਖੋਦੇ ਆ, ਆਪਣਾ ਪੈਸਾ ਕਮਾਉਣਾ ਆ, ਮੇਰੇ ਕੋਲ ਖੁਦ ਹੈਗਾ, ਜੇ ਮੈਂ ਕੋਈ ਵੀ ਕਾਰ ਲੈਣੀ ਚਾਹਾਂ ਮੈਂ ਲੈ ਸਕਦਾ ਆ। ਔਰ ਉਸ ਦਿਨ ਵੀ ਮੈਨੂੰ ਮਨਮੋਹਨ ਇੰਨਾ ਪਿਆਰ ਕਰਦਾ ਸੀ ਜਿਸ ਵੇਲੇ ਮੈਨੂੰ ਉਹ ਇੰਡੀਆ ਤੋਂ ਪੈਸੇ ਭੇਜਦਾ ਸੀ। ਸੋ ਮੇਰੇ ਖਿਆਲ ਅਨੁਸਾਰ ਜਿਹੜੇ ਜਿਹੜੀ ਜਿਹੜੀ ਜਿਹੜਾ ਉਹ ਚੀਜ਼ ਆ ਉਹ ਮਿਲਦੀ ਨੀ ਹੈ, ਬਸ ਉਹਨੂੰ ਉਹਨੂੰ ਇਨਸਾਨ ਸਾਂਭ ਕੇ ਰੱਖੇ। ਜੇ ਪੈਸਾ ਚੱਲ ਵੀ ਗਿਆ ਇੱਕ ਤੰਦਰੁਸਤੀ ਦੀ ਬੰਦਾ ਜ਼ਰੂਰ ਅਰਦਾਸ ਕਰੇ। ਔਰ ਹਾਂ, ਪੈਸਾ ਸੰਭਾਲਿਆ ਜਾ ਸਕਦਾ ਪਰ ਸ਼ੋਹਰਤ ਨਹੀਂ ਸੰਭਾਲੀ ਜਾ ਸਕਦੀ। ਜੇ ਉਹਨੇ ਜਾਣਾ ਆ ਤਾਂ ਉਹਨੇ ਉਹਨੂੰ ਤੁਸੀਂ ਰੋਕ ਨਹੀਂ ਸਕਦੇ। ਜੀ ਵਾਰਿਸ ਭਰਾ ਕਮਲ ਜੀ, ਵਾਰਿਸ ਭਰਾ ਜਾਂ ਇਹ ਤੁਹਾਡਾ ਗਰੁੱਪ ਹੈ, ਆਉਣ ਵਾਲੇ ਸਮੇਂ ਦੇ ਵਿੱਚ ਇੱਕ ਤੁਹਾਡਾ ਨਾਮ ਲਿਖਿਆ ਜਾਊਗਾ ਕਿ ਤੁਸੀਂ ਸਮਾਜ ਦੀ ਬਹੁਤ ਜਿਹੜੀ ਸੇਧ ਦੇਣ ਦਾ ਤੁਸੀਂ ਕੰਮ ਕੀਤਾ, ਜਾਂ ਤੁਸੀਂ ਜੋ ਵੀ ਗਾਇਆ ਬਹੁਤ ਚੰਗਾ ਗਾਇਆ, ਕਿਤੇ ਵੀ ਉਂਗਲ ਨਹੀਂ ਉੱਠੀ ਤੁਹਾਡੇ ਗਾਇਕੀ ਦੇ ਉੱਪਰ, ਲੇਖਣੀ ਦੇ ਉੱਪਰ। ਸੰਗਤਾਰ ਦੀਆਂ ਜਿਹੜੀਆਂ ਧੁਨਾਂ ਨੇ ਗੀਆਂ ਉਹ ਬਾਬਿਆਂ ਦੀਆਂ ਜਿਹੜੀਆਂ ਧੁਨਾਂ ਨੇ ਗੀਆਂ, ਜਾਂ ਸਾਡਾ ਟ੍ਰੈਡੀਸ਼ਨਲ ਮਿਊਜ਼ਿਕ ਆ ਉਸ ਨੂੰ ਕਿਤੇ ਨਾ ਕਿਤੇ ਸਾਨੂੰ ਯਾਦ ਦਿਲਾਉਂਦੀਆਂ ਨੇ ਗੀਆਂ। ਸਮਾਜ ਸੁਧਾਰ ਦੇ ਤੁਸੀਂ ਬੜੇ ਜਿਹੜੇ ਤੁਹਾਡੇ ਗੀਤ ਸੁਣ ਕੇ ਕਿਸੇ ਮਨ ਦੇ ਵਿੱਚ ਜ਼ਰੂਰ ਕਿਤੇ ਉੱਠਿਆ ਹੋਣਾ ਕਿ ਹਾਂ ਮੈਂ ਜਾ ਕੇ ਸੰਭਾਲ ਲਵਾਂ ਤਾਂ। ਪਰ ਤੁਹਾਡੇ ਵਾਲੇ ਇਸ ਰਸਤੇ ਦੇ ਉੱਪਰ ਹੋਰ ਵੀ ਬੜੇ ਕਲਾਕਾਰ ਹੈਗੇ ਨੇ ਜਿਹੜੇ ਕਿਤੇ ਕਮਰਸ਼ੀਅਲ ਪੱਖ ਤੋਂ ਪਿੱਛੇ ਪਛੜ ਕੇ ਰਹਿ ਗਏ ਨੇ, ਉਹਨਾਂ ਦੇ ਰੱਖ ਰਖਾਓ ਵਾਸਤੇ ਕੋਈ ਕਿਸੇ ਸੰਸਥਾ ਦਾ ਗਠਨ ਕੀਤਾ ਹੋਵੇ ਜਾਂ ਕਿਸੇ ਨੂੰ ਹੋਰ ਕਿਹਾ ਹੋਵੇ ਜਾਂ ਖੁਦ ਇਨਵੋਲਵ ਹੋਏ ਹੋਵੋ, ਕੋਈ ਏਦਾਂ ਦਾ ਪ੍ਰੋਜੈਕਟ ਕੋਈ ਹੱਥ ਚ ਲਿਆ ਹੋਵੇ ਜਾਂ ਸੋਚ ਰਹੇ ਹੋਵੋ ਇਨ ਫਿਊਚਰ ਕੋਈ ਏਦਾਂ ਦਾ ਕਰਨ ਲਈ? ਨਹੀਂ ਭਾਈ, ਜਿਹੜੇ ਕਲਾਕਾਰ ਕਮਰਸ਼ੀਅਲ ਪੱਖ ਤੋਂ ਪਿੱਛੇ ਰਹਿ ਗਏ ਆ, ਤੁਸੀਂ ਤੁਹਾਡੇ ਕੋਲ ਜਿੱਦਾਂ ਸ਼ੋਹਰਤ ਵਾਲਾ ਸਵਾਲ ਕੀਤਾ, ਪੈਸਾ ਵੀ ਆ ਸ਼ੋਹਰਤ ਵੀ ਹੈਗੀ ਆ ਸਾਰਾ ਕੁਛ ਹੈ, ਪਰ ਕੁਛ ਕਲਾਕਾਰ ਏਦਾਂ ਦੇ ਨੇ ਜਿਹੜੇ ਸਵੇਰੇ ਸ਼ਾਮ ਗਾਇਕੀ ਨੂੰ ਜਾਂ ਸੂਫੀਆਨਾ ਅੰਦਾਜ਼ ਨੂੰ ਅਪਣਾਉਂਦੇ ਨੇ, ਪੂਜਾ ਕਰਦੇ ਨੇ ਉਸ ਚੀਜ਼ ਦੀ, ਪਰ ਉਹਨਾਂ ਦਾ ਕਿਤੇ ਨਾ ਕਿਤੇ ਇਸ ਗੱਲ ਦਾ ਗਿਲਾ ਰਹਿੰਦਾ ਕਿ ਹਾਂ ਉਹ ਕਮਰਸ਼ੀਅਲ ਨਹੀਂ ਹੋ ਸਕੇ, ਉਹਨਾਂ ਦੀ ਜਿਹੜਾ ਗੁਜ਼ਾਰਾ ਵੀ ਨਹੀਂ ਹੁੰਦਾ, ਜਿਨ੍ਹਾਂ ਦੇ ਵਿੱਚ ਈਦੂ ਸ਼ਰੀਫ ਵਰਗੇ ਕਲਾਕਾਰਾਂ ਦੀ ਆਪਾਂ ਗੱਲ ਕਰ ਲਈਏ ਜਾਂ ਹੋਰ ਵੀ ਏਦਾਂ ਦੇ ਨਾਮ ਬਹੁਤ ਨੇ ਜਿਨ੍ਹਾਂ ਦੇ ਨਾਮ ਵੀ ਨਹੀਂ ਉੱਪਰ ਆ ਰਹੇ। ਹਾਂਜੀ, ਮੇਰਾ ਖਿਆਲ ਉਹੀ ਗੱਲ ਫਿਰ ਆ ਜਾਂਦੀ ਜਿਹੜੀ ਆਪਾਂ ਸ਼ੁਰੂ ਤੁਸੀਂ ਮੈਨੂੰ ਪਹਿਲਾਂ ਇਹ ਪੁੱਛਿਆ ਸੀਗਾ, ਸਭ ਤੋਂ ਜੀ ਜੀ ਮਸ਼ਹੂਰੀ ਆ ਕਿ ਉਹ ਕਿਸਮਤ ਦਾ ਜਿਹੜਾ ਤੁਸੀਂ ਸਵਾਲ ਪੁੱਛਿਆ ਸੀ, ਮੇਰਾ ਖਿਆਲ ਭੈਣ ਸੋਰੀ ਪੁੱਛਿਆ ਸੀ। ਹਾਂਜੀ ਹਾਂਜੀ, ਉਹ ਗੱਲ ਆ ਜਾਂਦੀ ਆ ਕਿ ਤੁਸੀਂ ਕਿਸੇ ਨੂੰ ਕਹਿ ਨੀ ਜਾ ਕੇ ਕਿਸੇ ਨੂੰ ਨੀ ਜਾ ਕੇ ਕਹਿ ਸਕਦੇ ਕਿ ਆਹ ਬੰਦਾ ਮੈਥੋਂ ਵਧੀਆ ਆ, ਮੈਨੂੰ ਨਾ ਅੱਜ ਤੋਂ ਸੁਣਿਓ ਇਹਨੂੰ ਸੁਣਿਓ। ਜੇ ਇੱਦਾਂ ਹੁੰਦਾ ਹੁੰਦਾ ਤਾਂ ਬਹੁਤ ਕਲਾਕਾਰ ਇਹੋ ਜਿਹੇ ਹੋਣੇ ਸੀਗੇ, ਉਹਨਾਂ ਨੇ ਇੱਕਦਮ ਕਿਸੇ ਕਲਾਕਾਰ ਨੂੰ ਮਸ਼ਹੂਰ ਕਰ ਦੇਣਾ ਪਿਆ। ਜੇ ਕੁਛ ਕਿਸਮਤਾਂ ਦੇ ਸੌਦੇ ਆ, ਕਈ ਵਾਰੀ ਕੋਈ ਚੀਜ਼ ਬਹੁਤ ਜ਼ਿਆਦਾ ਲੇਟ ਮਸ਼ਹੂਰ ਹੁੰਦੀ ਆ, ਕਈ ਫੁੱਲ ਖਿੜਦੇ ਹੀ ਨਹੀਂ, ਹਨਾ, ਇਹਨੂੰ ਤੁਸੀਂ ਧੱਕੇ ਨਾ ਨੀ ਕੀਤਾ ਜਾ ਸਕਦਾ। ਇਹ ਜਿਹੜੀ ਸ਼ੋਹਰਤ ਆ ਨਾ, ਫੇਰ ਉੱਥੇ ਹੀ ਗੱਲ ਆ ਗਈ, ਉਹ ਜਿਹੜੀ ਆ ਉਹਨੂੰ ਤੁਸੀਂ ਕਿਸੇ ਸੁਣਨ ਵਾਲੇ ਦੇ ਮਨ ਚ ਤੁਸੀਂ ਇਹ ਨੀ ਕਹਿ ਸਕਦੇ ਕਿ ਅੱਛਾ ਤੂੰ ਹੁਣ ਇਹਨੂੰ ਸੁਣਿਆ ਕਰ, ਤੂੰ ਇਹਨੂੰ ਹੀ ਸੁਣਨਾ, ਤੂੰ ਅੱਜ ਇਹਨੂੰ ਇਹ ਤੋਂ ਵਧੀਆ ਕਹਿਣਾ, ਉਹਨੇ ਸਰੋਤੇ ਨੇ ਜਾਂ ਸੁਣਨ ਵਾਲੇ ਨੇ ਕਹਿਣਾ ਮੈਂ ਇੱਦਾਂ ਕਾਹਤੇ ਕਹਾਂ। ਇਹ ਗੱਲ ਆ ਜਿਹੜੀ ਨਾ, ਕਿਉਂਕਿ ਮੈਂ ਇਹ ਦੇਖਿਆ ਬਹੁਤ ਜ਼ਿਆਦਾ ਨਾ, ਇਹ ਮੈਨੂੰ ਵੀ ਕਈ ਵਾਰੀ ਇਹ ਚੀਜ਼ ਗਮਗੀਨ ਕਰਦੀ ਆ ਕਿ ਇਸ ਤਰ੍ਹਾਂ ਕਿਉਂ ਆ। ਪਰ ਮੈਨੂੰ ਇਹ ਚੀਜ਼ ਸੋਚਦਾ ਕਿ ਚਲੋ ਮੈਂ ਕਿੰਨਾ ਖੁਸ਼ਨਸੀਬ ਆ ਕਿ ਮੈਨੂੰ ਪਰਮਾਤਮਾ ਨੇ ਚੁਣ ਲਿਆ, ਉਹਨਾਂ ਚੋਂ ਇੱਕ ਚੁਣ ਲਿਆ। ਔਰ ਅਸੀਂ ਹਮੇਸ਼ਾ ਇਹ ਚੀਜ਼ ਦੀ ਕੋਸ਼ਿਸ਼ ਵੀ ਕਰਦੇ ਆ, ਨਵੇਂ ਨਵੇਂ ਸ਼ਾਇਰਾਂ ਨੂੰ ਵੀ ਅਸੀਂ ਆਪਣੇ ਮੰਗਲ ਹਠੂਰ ਨੂੰ ਅਸੀਂ ਇੰਟਰੋਡਿਊਸ ਕੀਤਾ, ਤੇ ਮੰਗਲ ਹਠੂਰ ਇੱਕ ਐਸਾ ਨਾਮ ਆ ਦੁਨੀਆਂ ਕੇ ਉਹ ਸ਼ਾਇਰੀ ਦੇ ਵਿੱਚ ਇਸ ਵੇਲੇ ਚਮਕ ਰਿਹਾ, ਸੁਖਪਾਲ ਔਜਲਾ ਅਸੀਂ ਇੰਟਰੋਡਿਊਸ ਕੀਤਾ, ਤੇ ਉਹ ਬਹੁਤ ਜ਼ਿਆਦਾ ਕਿੱਦਾਂ ਉੱਪਰ ਜਾ ਕੇ ਉਹ ਚਮਕ ਰਿਹਾ, ਮਲਕੀਤ ਮੀਤ ਉਹਨੂੰ ਇੰਟਰੋਡਿਊਸ ਕੀਤਾ ਸੀ। ਤੇ ਸਾਡੀ ਇਹ ਕੋਸ਼ਿਸ਼ ਰਹਿੰਦੀ ਆ, ਮੁਸ਼ਤਾਕ ਆਲਮ ਗੋਗਾ ਪਾਕਿਸਤਾਨ ਤੋਂ ਸਾਨੂੰ ਬਹੁਤ ਚੰਗੇ ਲੱਗੇ, ਤੇ ਅਸੀਂ ਉਹਨਾਂ ਦੀ ਸ਼ਾਇਰੀ ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਹਾਂ। ਚਰਨ ਲਿਖਾਰੀ ਹੁਣ ਉਹਦੇ ਸਾਰਾ ਪੰਜਾਬ ਕਾਫੀ ਉਹਦੇ ਗੀਤ ਆ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੀ, ਪਰ ਗੱਲ ਹੈਗੀ ਆ ਕਿ ਸਾਰਿਆਂ ਦਾ ਤੁਸੀਂ ਕੋਈ ਗਾਰੰਟੀ ਨੀ ਹੈਗੀ ਕਿ ਤੁਸੀਂ ਅਸੀਂ ਆਇੰਦਾ ਵੀ ਇਸ ਤਰ੍ਹਾਂ ਕਰਦੇ ਰਵਾਂਗੇ। ਤੁਸੀਂ ਜਿਹੜੀ
ਗਲਖਾਨੇ ਪਾਈ ਅਸੀਂ ਗਾਇਕਾਂ ਦਾ ਵੀ ਇਸ ਤਰ੍ਹਾਂ ਕੁਛ ਕਰਾਂਗੇ ਜਿਸ ਤਰ੍ਹਾਂ ਬਰਕਤ ਸਿੱਧੂ ਸਾਹਿਬ ਆ ਇਸ ਤਰ੍ਹਾਂ ਉਹਨਾਂ ਦੀ ਕਵਾਲੀਆਂ ਦੀ ਜਾਂ ਕਾਫੀ ਐਲਬਮ ਕੀਤੀ ਜਾਵੇ ਜਾਂ ਇਸ ਤਰ੍ਹਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਐਸਾ ਯੋਗਦਾਨ ਜ਼ਰੂਰ ਪਾਵਾਂਗੇ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਹੈ ਪਰ ਫਿਰ ਗੱਲ ਉਹੀ ਆ ਜਾਂਦੀ ਆ ਬਾਕੀ ਵਾਹਿਗੁਰੂ ਦੇ ਹੱਥ ਹੈ ਕਿ ਕਿਹਨੂੰ ਕੀ ਮਿਲਣਾ ਆ ਕੀ ਹੋਣਾ ਤੇ ਉਹਦੀਆਂ ਦਾਤਾਂ ਨੇ ਉਹ ਜਦੋਂ ਮਰਜ਼ੀ ਹੁੰਦੀ ਆ ਜਵਾਬ ਦੇ ਵਿਚ ਕਹਿੰਦੇ ਲੱਕੜ ਨਾਲ ਲੋਹਾ ਤਰ ਜਾਂਦਾ ਇੱਕ ਉਹੀ ਇੱਕ ਗੱਲ ਕਹਾਂਗੇ ਕਿ ਤਿੰਨ ਭਰਾ ਤੁਸੀਂ ਪੂਰਾ ਪਰਿਵਾਰ ਦਾ ਜਿਹੜਾ ਕਿਤੇ ਨਾ ਕਿਤੇ ਕੁਦਰਤ ਵੀ ਵਾਸਾ ਕਰਦੀ ਹੈਗੀ ਤਾਂ ਕੁਛ ਗੀਤਕਾਰਾਂ ਦੇ ਨਾਮ ਲੈ ਤੇ ਇੱਕ ਨਾਮ ਮੈਂ ਵੀ ਹੋਰ ਐਡ ਕਰ ਦਿੰਦਾ ਕਿ ਨੀਰੂ ਬਾਜਵਾ ਪਹਿਲੀ ਵਾਰੀ ਤੁਹਾਡੀ ਵੀਡੀਓ ਦੇ ਵਿੱਚ ਉਹਨਾਂ ਨੇ ਐਕਟ ਕੀਤਾ ਉਸ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਦਾ ਸਫ਼ਰ ਜਿਹੜਾ ਇੱਕ ਅੱਜ ਕਿਸੇ ਮੁਕਾਮ ਦੇ ਉੱਪਰ ਹੈ ਉਹਨਾਂ ਦੇ ਆਪਣਾ ਇੱਕ ਫੈਨ ਜਿਹੜਾ ਗਰੁੱਪ ਹੈਗਾ ਵੀਡੀਓਜ਼ ਦੀ ਗੱਲ ਕਰਦੇ ਹਾਂ ਜਦੋਂ ਵੀਡੀਓਜ਼ ਤੁਸੀਂ ਸ਼ੂਟ ਕਰਦੇ ਹੋ ਜਾਂ ਉਹਦਾ ਜਿਹੜੀ ਸਟਾਰ ਕਾਸਟ ਤੁਸੀਂ ਚੂਜ਼ ਕਰਦੇ ਹੋਗੇ ਕਿਹੜੀਆਂ ਚੀਜ਼ਾਂ ਨੂੰ ਤੁਸੀਂ ਮੇਨ ਜਿਹੜਾ ਧਿਆਨ ਦੇ ਵਿੱਚ ਰੱਖਦੇ ਹੋ ਬੇਸਿਕਲੀ ਤਾਂ ਜਦੋਂ ਅਸੀਂ ਗੀਤੇ ਗਾਉਂਦੇ ਹਾਂ ਸਾਰਾ ਕੁਛ ਤੈਅ ਹੋ ਜਾਂਦਾ ਆ ਕਿ ਇਹਦਾ ਹੁਣ ਕੀ ਬਣਨਾ ਆ ਕਿ ਗੀਤ ਹੀ ਅਸੀਂ ਪਹਿਲਾਂ ਉਸ ਢੰਗ ਦਾ ਜਿਸ ਤਰ੍ਹਾਂ ਕੈਂਠੇ ਵਾਲਾ ਪੁੱਛੀ ਤਰ੍ਹਾਂ ਨਾ ਸੀ ਇੱਕ ਬੁੱਲਾ ਆਇਆ ਇਸ ਸਮੁੰਦਰਾਂ ਤੋਂ ਪਾਰ ਦਾ ਉਹ ਗੀਤ ਹੀ ਬੋਲ ਰਿਹਾ ਕਿ ਮੈਨੂੰ ਕਿੱਦਾਂ ਦਾ ਬਣਾਓ ਤੇ ਹੁਣ ਮੇਰਾ ਨਵਾਂ ਗੀਤ ਕਾਫੀ ਪਸੰਦ ਕੀਤਾ ਜਾ ਰਿਹਾ ਕਿ ਜਿਵੇਂ ਜਿਵੇਂ ਤੇਰੇ ਸ਼ਹਿਰੋਂ ਪਿਆਰ ਟੁੱਟਦਾ ਗਿਆ ਮੈਂ ਟੁੱਟਦਾ ਗਿਆ ਮੇਰਾ ਖਿਆਲ ਗੀਤ ਹੀ ਤੈਅ ਕਰ ਦਿੰਦਾ ਆ ਕਿ ਕਿਸ ਤਰ੍ਹਾਂ ਦਾ ਹੋਣਾ ਆ ਇਹਨੇ ਕਿਸ ਤਰ੍ਹਾਂ ਦਾ ਬਣਨਾ ਆ ਤੇ ਅੱਜ ਕੱਲ ਸਾਡੇ ਜਿੰਨੇ ਵੀ ਜ਼ਿਆਦਾਤਰ ਵੀਡੀਓ ਹੈਗੇ ਉਹ ਸੰਦੀਪ ਸ਼ਰਮਾ ਦੇ ਡਾਇਰੈਕਟ ਕੀਤੇ ਹੁੰਦੇ ਆ ਔਰ ਉਹਦੀ ਸੋਚ ਨੂੰ ਸਲਾਮ ਆ ਆਪਣੇ ਧੀਆਂ ਬਚਾਓ ਰੁੱਖ ਲਗਾਓ ਪਾਣੀ ਦਾ ਸਤਿਕਾਰ ਕਰੋ ਉਹਨਾਂ ਦੀ ਵੀਡੀਓ ਸੀਗੀ ਬਣੀ ਉਹ ਮੈਂ ਬੋਲੀ ਪੰਜ ਦਰਿਆਵਾਂ ਦੀ ਕਿਉਂ ਤੂੰ ਬੋਲੀ ਪੰਜ ਦਰਿਆਵਾਂ ਦੀ ਸੁਰਜੀਤ ਪਾਤਰ ਸਾਹਿਬ ਦਾ ਕਿਉਂ ਰਹੇ ਤੂੰ ਬੋਲੀ ਬਣ ਕੇ ਉਹਨਾਂ ਦਾ ਹੀ ਡਾਇਰੈਕਟ ਕੀਤਾ ਆ ਔਰ ਕੋਈ ਮਾਰ ਮੁੱਥੇ ਹੱਥ ਰੋਵੇ ਕੋਈ ਕੋਈ ਖੁਸ਼ੀ ਚ ਭੰਗੜੇ ਪਾਵੇ ਉਹਦਾ ਹੀ ਡਾਇਰੈਕਟ ਕੀਤਾ ਆ ਫਿਰ ਵੱਡੇ ਭਾਜੀ ਦਾ ਸਾਨੂੰ ਛੱਡ ਕੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਹੈ ਬਹੁਤ ਜ਼ਿਆਦਾ ਪਸੰਦ ਕੀਤਾ ਸਾਰਿਆਂ ਨੇ ਪਿੱਛੇ ਜਿਹੇ ਮਿੱਤਰਾਂ ਦੇ ਪਿੰਡ ਆ ਕੇ ਗਈਏ ਬਹੁਤ ਜ਼ਿਆਦਾ ਯੰਗ ਆਪਣੇ ਤਬਕੇ ਵੱਲੋਂ ਪਸੰਦ ਕੀਤਾ ਗਿਆ ਸਾਰੀਆਂ ਸੰਦੀਪ ਸ਼ਰਮੇ ਦੀਆਂ ਇਹ ਵੀਡੀਓ ਬਣੀਆਂ ਆ ਪੰਜਾਬੀ ਸ਼ੇਰਾ ਦਾਰਾ ਸਿੰਘ ਹੋਰਾਂ ਨੂੰ ਨਾਲ ਲੈ ਕੇ ਬਣਾਇਆ ਸੀ ਉਹ ਵੀ ਸੰਦੀਪ ਸ਼ਰਮਾ ਦਾ ਹੀ ਆ ਨਸ਼ਿਆਂ ਦੇ ਉੱਤੇ ਬਣਾਇਆ ਸੀ ਕਿ ਆਪਣੇ ਖਾਧੀਆਂ ਖੁਰਾਕਾਂ ਕੰਮ ਆਣੀਆਂ ਉਹ ਵੀ ਸੰਦੀਪ ਸ਼ਰਮਾ ਦੀ ਸੋਚ ਸੀ ਔਰ ਉਹ ਜ਼ਹੀਨ ਨੇ ਔਰ ਜਿਸ ਵੇਲੇ ਨਾਲ ਬੈਠੀ ਦਾ ਤੇ ਸਲਾਹਾਂ ਵਲਾਹਾਂ ਜਦੋਂ ਹੋ ਜਾਂਦੀਆਂ ਤੇ ਉਹ ਫਿਰ ਅਸੀਂ ਦੇਖ ਲਈਦਾ ਆ ਕਿ ਆਹ ਸਾਡੀ ਹਸਤੀ ਮਸਤੀ ਨੂੰ ਇਹ ਚੀਜ਼ਾਂ ਸੂਟ ਕਰਦੀਆਂ ਅਸੀਂ ਆਹ ਵੀਡੀਓ ਚ ਪਾ ਲਈਏ ਆਹ ਸਾਨੂੰ ਚੰਗੀ ਨੀ ਲੱਗਣੀ ਸਾਡੇ ਲਈ ਕੀਤੀ ਉਹ ਇਹਨੂੰ ਛੱਡ ਦਿਓ ਆਹ ਨੀ ਆਪਾਂ ਕਰਨੀ ਸੋ ਫਿਰ ਉਹ ਸੋਹਣੀ ਚੀਜ਼ ਬਣ ਜਾਂਦੀ ਆ ਸਾਡੇ ਮੁਤਾਬਕ ਬਣ ਜਾਂਦੀ ਆ ਇੱਕ ਇਸ ਤੋਂ ਪਹਿਲਾਂ ਕਿ ਸਿਡਨੀ ਵਾਲੇ ਸ਼ੋਅ ਦੇ ਜਾਂ ਕੁਛ ਹੋਰ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰੀਏ ਕਿਉਂਕਿ ਤੁਹਾਡੇ ਤੇ ਸਾਡੇ ਜਿਹੜਾ ਮੈਂ ਅਸੀਂ ਤੁਹਾਡੇ ਤੇ ਸਰੋਤਿਆਂ ਦੇ ਵਿਚਕਾਰ ਕਿਤੇ ਨਾ ਕਿਤੇ ਖੜੇ ਹਾਂ ਕਾਲਸ ਜਿਹੜੀਆਂ ਐਕਸੈਪਟ ਨਹੀਂ ਕਰ ਰਹੇ ਮੈਸੇਜ ਆ ਰਹੇ ਨੇ ਤੁਹਾਡੇ ਲਈ ਕਾਫੀ ਸਾਰੇ ਜੀ ਬਿਲਕੁਲ ਜੀ ਮੈਸੇਜ ਕਾਫੀ ਆ ਰਹੇ ਨੇ ਇਸੇ ਤਰ੍ਹਾਂ ਜੀ ਲਾਲੀ ਬੰਗਾ ਜੀ ਨੇ ਸਾਡੇ ਨਾਲ ਰਾਬਤਾ ਬਣਾਇਆ ਜੀ ਯੂਕੇ ਤੋਂ ਉਹ ਤੁਹਾਨੂੰ ਸਲਾਮ ਸਤਿ ਸ੍ਰੀ ਅਕਾਲ ਕਹਿ ਰਹੇ ਨੇ ਵਾਰਸ ਭਰਾਵਾਂ ਨੂੰ ਸਾਰਿਆਂ ਨੂੰ ਚਾਰ ਜਿਹੜੇ ਸ਼ਬਦ ਨੇ ਉਹ ਜੀ ਭਗਤ ਸਿੰਘ ਜਿਹੜਾ ਗੀਤ ਤੁਸੀਂ ਗਾਇਆ ਹੋਇਆ ਅੱਗੇ ਭਾਜੀ ਨੇ ਗਾਇਆ ਉਹਨਾਂ ਨੇ ਸਵੇਰੇ ਲਿਖਿਆ ਪਹਿਲਾਂ ਉਹਨਾਂ ਨੇ ਖੁਦ ਲਿਖਿਆ ਉਹਨਾਂ ਦਾ ਆਪਣਾ ਲਿਖਿਆ ਹੋਇਆ ਅੱਜ ਹੀ ਉਹਨਾਂ ਨੇ ਲਿਖਿਆ ਤੇ ਅੱਜ ਹੀ ਉਹਨਾਂ ਨੇ ਗਾਇਆ ਹਲੇ ਫੇਸਬੁੱਕ ਤੇ ਮੈਂ ਮੇਰੇ ਗਏ ਤੋਂ ਬਾਅਦ ਲਿਖਿਆ ਸਵੇਰੇ ਤੇ ਬਾਅਦ ਚ ਰਿਕਾਰਡ ਕੀਤਾ ਮੈਂ ਹੁਣ ਜਾ ਕੇ ਸੁਣਾਗਾ ਮੈਨੂੰ ਫੋਨ ਅੱਜ ਬਹੁਤ ਆਏ ਕਹਿੰਦੇ ਬਹੁਤ ਜ਼ਿਆਦਾ ਸੋਹਣਾ ਆ ਉਹਨਾਂ ਨੇ ਸੁਣ ਲਿਆ ਹੋਣਾ ਲਓ ਜੀ ਫੀਡਬੈਕ ਉਹਨਾਂ ਨੇ ਲਾਈਵ ਹੀ ਰਿਕਾਰਡ ਕੀਤਾ ਹੋਟਲ ਜੀ ਜੀ ਜਸਪ੍ਰੀਤ ਸਿੰਘ ਧਾਲੀਵਾਲ ਨੇ ਜੀ ਇੱਕ ਬੋਲਾ ਆਇਆ ਉਸ ਦੇ ਬਹੁਤ ਕਾਇਲ ਨੇ ਜੀ ਔਰ ਤੁਹਾਡੀ ਪੂਰੀ ਜਿਹੜੀ ਯੋਗਦਾਨ ਹੈਗਾ ਉਹਦੇ ਲਈ ਉਹ ਤੁਹਾਡਾ ਕੋਟਨ ਕੋਟੀ ਧੰਨਵਾਦ ਕਰਦੇ ਨੇ ਜੀ ਵਾਹ ਵਾਹ ਸ਼ੁਕਰੀਆ ਜੀ ਮਹਾਰਾਜ ਬਹੁਤ ਬਹੁਤ ਇਸੇ ਤਰ੍ਹਾਂ ਹੀ ਹੋਰ ਕਾਫੀ ਜਿਹੜੇ ਮੈਸੇਜ ਸਾਡੇ ਨਾਲ ਮਧੂ ਰਾਜੂ ਜੀ ਨੇ ਸਿਡਨੀ ਤੋਂ ਸਾਡੇ ਨਾਲ ਰਾਬਤਾ ਬਣਾਇਆ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਤਿੰਨੇ ਭਰਾਵਾਂ ਨੂੰ ਜਿਹੜਾ ਥੰਬਸ ਅਪ ਕਰਦੇ ਨੇ ਕਿ ਤੁਸੀਂ ਸਮਾਜ ਲਈ ਪੂਰੇ ਉਸ ਲਈ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ ਜੱਸਾ ਸਰਾਂ ਜੀ ਨੇ ਰਾਬਤਾ ਬਣਾਇਆ ਗੱਲਬਾਤ ਸੁਣ ਰਹੇ ਨੇ ਜੀ ਤੁਹਾਡੇ ਤੋਂ ਕਾਫੀ ਪ੍ਰਭਾਵਿਤ ਨੇ ਔਰ ਰਣਜੀਤ ਕੌਰ ਭੁੱਲਰ ਜੀ ਜਿਨ੍ਹਾਂ ਨੇ ਪੂਰੀ ਗੱਲਬਾਤ ਸੁਣੀ ਔਰ
ਤੁਹਾਡੇ ਬਹੁਤ ਸ਼ੁਕਰਗੁਜ਼ਾਰ ਨੇ ਤੁਸੀਂ ਸਮਾਜ ਦੇ ਲਈ ਜੋ ਪੰਜਾਬੀ ਸੱਭਿਆਚਾਰ ਦੇ ਲਈ ਕਰ ਰਹੇ ਹੋ। ਤਜਿੰਦਰ ਸਰਾਂ ਤੇਜੀ ਸਰਾਂ ਜੀ ਨੇ ਜਿਹੜੇ ਹਮੇਸ਼ਾ ਕਲਾਕਾਰਾਂ ਦੇ ਨਾਲ ਰਾਬਤਾ ਰੱਖਦੇ ਨੇ ਜੀ, ਔਰ ਆਫ ਏਅਰ ਵੀ ਉਹ ਮੇਰੇ ਨਾਲ ਹਮੇਸ਼ਾ ਗੱਲ ਕਰਦੇ ਨੇ ਔਰ ਫੀਡਬੈਕ ਵੀ ਦਿੰਦੇ ਨੇ, ਔਰ ਉਹਨਾਂ ਦੀ ਫੀਡਬੈਕ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਪੋਜ਼ਿਟਿਵ ਹੈਗੀ, ਔਰ ਕਲਾਕਾਰਾਂ ਦੇ ਨਾਲ ਬਹੁਤ ਨੇੜੇ ਦੀ ਨੇੜਤਾ ਰੱਖਦੇ ਨੇ। ਉਹ ਵੀ ਤੁਹਾਨੂੰ ਕਹਿੰਦੇ ਨੇ ਕਿ ਤੁਸੀਂ ਸਾਡੇ ਜਿਹੜੇ ਵਾਰਸ ਹੋਗੇ ਸਾਡੇ ਸੱਭਿਆਚਾਰ ਦੇ, ਔਰ ਦਿਨ ਦੁੱਗਣੀ ਰਾਤ ਚੌਗਣੀ ਤੁਸੀਂ ਤਰੱਕੀ ਕਰੋ। ਸੰਜੇ ਲਾਤੀ ਜੀ ਨੇ ਜੀ ਮੈਲਬੋਰਨ ਤੋਂ, ਹਾਂਜੀ ਸੰਜੇ ਲਾਤੀ ਜੀ ਨੇ ਜੀ ਮੈਲਬੋਰਨ ਤੋਂ, ਮਨਮੀਤ ਜੀ ਨੇ ਮੈਲਬੋਰਨ ਤੋਂ, ਕੁਲਬਿੰਦਰਾ ਜੀ ਨੇ ਸਾਡੇ ਨਾਲ ਮੈਲਬੋਰਨ ਤੋਂ ਰਾਬਤਾ ਬਣਾਇਆ ਜੀ। ਇਸੇ ਤਰ੍ਹਾਂ ਕਾਫੀ ਹੋਰ ਨਾਮ ਨੇ ਜਿਹੜੇ ਮੇਰੇ ਤੋਂ ਰਹਿ ਗਏ ਹੋਣੇ ਆ ਜੀ, ਕਾਫੀ ਜਿਹੜੇ ਹੋਰ ਸੋਰਸਿਸ ਨੇ ਜਿਨ੍ਹਾਂ ਦੇ ਰਾਹੀਂ ਸਾਡੇ ਕੋਲ ਮੈਸੇਜ ਆਉਂਦੇ ਨੇਗੇ। ਓਵਰਆਲ ਤੁਹਾਡੀ ਇਹ ਸਾਰੀ ਗੱਲਬਾਤ ਨੂੰ ਬਹੁਤ ਸਾਰੇ ਸਰੋਤਿਆਂ ਨੇ ਇੰਜੋਏ ਕੀਤਾ। ਜਾਣ ਤੋਂ ਪਹਿਲਾਂ ਤੁਸੀਂ ਆਪਣੇ ਸਰੋਤਿਆਂ ਵਾਸਤੇ ਔਰ ਸਿਡਨੀ ਵਾਲੇ ਸ਼ੋਅ ਵਾਸਤੇ ਕੀ ਕਹੋਗੇ? ਸਿਡਨੀ 24 ਤਾਰੀਖ ਨੂੰ ਅਸੀਂ ਸ਼ੋਅ ਕਰ ਰਹੇ ਹਾਂ ਜੀ। ਇਸ ਸ਼ੋਅ ਦੇ ਵਿੱਚ ਦੋ ਚੀਜ਼ਾਂ ਜਿਹੜੀਆਂ ਮੈਂ ਬਹੁਤ ਜ਼ਰੂਰੀ ਦੱਸਣੀਆਂ, ਇੱਥੇ ਆਪਣੇ ਜ਼ਰੂਰੀ ਸਮਝਦਾ ਦੱਸਣੀਆਂ। ਇੱਕ ਤਾਂ ਇਹ ਅਸੀਂ 2 ਵਜੇ ਸ਼ੁਰੂ ਕਰ ਰਹੇ ਹਾਂ ਸ਼ੋਅ, ਤੇ ਪਲੀਜ਼ ਲੇਟ ਨਹੀਂ ਹੋਣਾ ਕਿਉਂਕਿ ਅਸੀਂ ਨਾ ਰਿਕਾਰਡਿੰਗ ਕਰਨੀ ਆ, ਤੇ ਉਹ ਅਸੀਂ ਸ਼ੁਰੂ ਕਰ ਦੇਣੀ ਆ ਰਿਕਾਰਡਿੰਗ ਤਾਂ ਕਿ ਸਾਡਾ ਸ਼ੋਅ ਲੰਬਾ ਚੱਲੇ। ਤੇ 2 ਵਜੇ ਅਸੀਂ ਸ਼ੁਰੂ ਕਰ ਰਹੇ ਹਾਂ ਸ਼ੋਅ, ਤੇ ਕਈ ਸ਼ੋਅ ਜਿਹੜੇ ਬਹੁਤੇ ਸ਼ੋਅ ਸਾਡੇ ਹੁੰਦੇ ਉਹ ਸ਼ਾਮ ਨੂੰ ਹੁੰਦੇ ਆ, ਮੈਂ ਕਿਹਾ ਇਹ ਕਿਸੇ ਨੂੰ ਭੁਲੇਖਾ ਨਾ ਰਹਿ ਜਾਵੇ, ਅਸੀਂ 2 ਵਜੇ ਤੁਸੀਂ ਵੀ ਦੱਸਦੇ ਰਹਿਣਾ। ਇੱਕ ਦੂਸਰੀ ਗੱਲ ਜ਼ਰੂਰੀ ਦੱਸਣੀ ਆ ਕਿ ਪਿਛਲੀ ਵਾਰੀ ਅਸੀਂ ਮੈਲਬੋਰਨ ਦੇ ਵਿੱਚ ਰਿਕਾਰਡ ਕੀਤਾ ਸੀਗਾ, ਇਸ ਵਾਰੀ ਅਸੀਂ ਸਿਡਨੀ ਦੇ ਵਿੱਚ ਪੰਜਾਬੀ ਵਿਰਸਾ ਰਿਕਾਰਡ ਕਰ ਰਹੇ ਹਾਂ। ਤੇ ਜਿਹਨੇ ਵੀ ਦੇਖਣ ਆਉਣਾ ਉਹਨੂੰ ਅਸੀਂ ਸਾਰੀ ਦੁਨੀਆਂ ਦੇ ਵਿੱਚ ਦਿਖਾਉਣਾ ਆ, ਉਹਦੀ ਵੀਡੀਓ ਬਣਾਉਣੀ ਆ, ਤੇ ਸਾਡੇ ਲਈ ਇਹ ਬਹੁਤ ਜ਼ਿਆਦਾ ਖੁਸ਼ਕਿਸਮਤੀ ਦੀ ਗੱਲ ਆ, ਔਰ ਸਿਡਨੀ ਦਾ ਇਹ ਹੱਕ ਵੀ ਬਣਦਾ ਆ ਕਿ ਸਿਡਨੀ ਵੀ ਬਹੁਤ ਮਹਾਨ ਸ਼ਹਿਰ ਹੈਗਾ ਆ, ਇੱਥੇ ਦਾ ਸਪੈਸ਼ਲੀ ਜਿਹੜਾ ਮੀਡੀਆ ਆ ਉਹ ਬਹੁਤ ਜ਼ਿਆਦਾ ਪ੍ਰੋਮੀਨੈਂਟ ਆ, ਵੈਨਕੂਵਰ ਦਾ, ਟੋਰਾਂਟੋ ਦਾ ਤੇ ਸਿਡਨੀ ਦਾ ਜਿਹੜਾ ਮੀਡੀਆ ਉਹ ਬਹੁਤ ਜ਼ਿਆਦਾ ਪ੍ਰੋਮੀਨੈਂਟ ਆ, ਤੇ ਉਹਨਾਂ ਨੇ ਵੀ ਸਾਨੂੰ ਸਾਰਿਆਂ ਨੇ ਸਿਡਨੀ ਦੇ ਮੀਡੀਏ ਨੇ ਵੀ ਸਾਨੂੰ ਪਿਛਲੀ ਵਾਰੀ ਇਹ ਜ਼ੋਰ ਪਾਇਆ ਸੀਗਾ ਕਿ ਤੁਸੀਂ ਇੱਥੇ ਰਿਕਾਰਡ ਕਰੋ, ਤੇ ਅਸੀਂ ਉਸ ਸੋਚ ਨੂੰ ਜਿਸ ਤਰ੍ਹਾਂ ਭਈ ਕਿਹਾ ਕਿ ਸਾਨੂੰ ਕਰਨਾ ਚਾਹੀਦਾ ਆ, ਸਿਡਨੀ ਦਾ ਹੱਕ ਬਣਦਾ ਆ, ਸੋ ਅਸੀਂ ਸਿਡਨੀ ਦੇ ਵਿੱਚ ਰਿਕਾਰਡ ਕਰ ਰਹੇ ਹਾਂ। ਤੇ ਮੈਂ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਭੈਣ ਜੀ ਤੁਹਾਡਾ, ਵੱਡੇ ਵੀਰ ਜੀ ਤੁਹਾਡਾ, ਮੇਰੀ ਯੋਗਤਾ ਤੋਂ ਵੱਧ ਕੇ ਤੁਸੀਂ ਮੇਰਾ ਮਾਣ ਕੀਤਾ, ਔਰ ਮੇਰੇ ਚਾਹਣ ਵਾਲਿਆਂ ਨੇ ਜਿਹੜੇ ਜਿਹੜੇ ਇਸ ਸਟੇਸ਼ਨ ਦੇ ਨਾਲ ਜੁੜੇ ਹੋਏ ਨੇ ਉਹ ਇੰਨਾ ਇਸ ਸਟੇਸ਼ਨ ਨੂੰ ਪਿਆਰ ਕਰਦੇ ਨੇ, ਤੁਹਾਡੇ ਪ੍ਰੋਗਰਾਮ ਨੂੰ ਪਿਆਰ ਕਰਦੇ ਨੇ, ਅਸੀਂ ਤਾਂ 2 ਸਾਲਾਂ ਬਾਅਦ ਆਉਣਾ ਹੁੰਦਾ ਆ, ਤੇ ਤੁਸੀਂ ਰੋਜ਼ ਪੰਜਾਬੀ ਜ਼ੁਬਾਨ ਦੀ ਖਿਦਮਤ ਕਰ ਰਹੇ ਹੋ, ਤੇ ਮੈਂ ਤੁਹਾਨੂੰ ਵੀ ਸਲਾਮ ਆਖਦਾ ਮਹਾਰਾਜ ਤੁਹਾਡੇ ਲਈ। ਅਸੀਂ ਤਾਂ ਜੇਡੀਆਂ ਚੁੱਕ ਚੁੱਕ ਕੇ ਉਡੀਕ ਚ ਜੀ, ਅਸੀਂ ਤਾਂ ਡੀਆਂ ਚੁੱਕ ਕੇ ਉਡੀਕ ਚ ਲੱਗੇ ਹੁੰਨੇ ਆ ਜੀ ਕਿ ਕਦੋਂ 2 ਸਾਲ ਅਗਲੇ ਆਉਣ ਜੀ। ਨਹੀਂ ਚਲੋ ਮਹਾਰਾਜ ਸਾਡੀ ਖੁਸ਼ਕਿਸਮਤੀ ਆ ਜੀ, ਚਲੋ ਹੁਣ ਆਪਾਂ ਜੀ ਬਹੁਤ ਚੰਗਾ ਲੱਗਿਆ ਜੀ ਜੀ ਤੁਹਾਡੇ ਨਾਲ ਗੱਲਬਾਤ ਕਰਕੇ, ਬਹੁਤ ਸ਼ੁਕਰੀਆ ਜੀ ਤੁਸੀਂ ਜਿਹੜਾ ਸਮੇਂ ਤੋਂ ਵੀ ਜ਼ਿਆਦਾ ਸਮਾਂ ਸਾਨੂੰ ਦਿੱਤਾ, ਬਹੁਤ ਬਹੁਤ ਸ਼ੁਕਰੀਆ ਮਹਾਰਾਜ।